ਦਾ ਆਉਣਾ ਜਦੋਂ ਸੁਣਿਆ ਤੇ ਮਨ ਵਿੱਚ ਚਾਹ ਹੋ ਗਿਆ, ਖੁਸ਼ੀ ਹੋ ਗਈ। ਹੁਣ ਮਹਾਰਾਜ ਨੇ ਆਉਣਾ ਸੀ, ਗੁਰੂ ਨਾਨਕ ਸਾਹਿਬ ਨੇ, ਇਹਨੇ ਰਾਹ ਸਾਫ਼ ਕਰਤੇ, ਜਿੰਨੇ ਜੋਗਾ ਹੈ ਸੀ ਨਾ ਮਿਹਨਤ ਕੀਤੀ। ਮਹਾਰਾਜ ਆਏ, ਲੋਕਾਂ ਨੂੰ ਸੱਦਣ ਗਿਆ, ਕਹਿੰਦੇ ਆ ਜਾਓ ਮੇਰੇ ਘਰ। ਮਹਾਰਾਜ ਆਏ ਨੇ, ਉਹ ਕਹਿੰਦੇ ਤੂੰ ਕਿਹੜਾ ਕੁਝ ਖਵਾਉਣਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਕਿਹੜਾ ਕੁਝ ਖਵਾਉਣਾ ਹੈ? ਮੈਂ ਕਈ ਪਿੰਡਾਂ 'ਚ ਜਾਂਦਾ ਹੁੰਦਾ ਨਾ ਕਈ ਵਾਰੀ, ਅਤੇ ਕਈ ਤਾਂ ਮਗਰ ਲੱਗ ਤੁਰਦੇ ਨੇ ਵੀ ਚਲੋ ਅੱਜ ਚੰਗਾ ਖਾਣ ਨੂੰ ਮਿਲੂ, ਰੋਟੀ ਦੀ ਲੋੜ ਨਹੀਂ ਰਾਤ, ਕਿਉਂਕਿ ਹਰ ਇੱਕ ਨੇ ਡੱਬੇ ਲਿਆਉਂਦੇ ਨੇ, ਕਿਸੇ ਨੇ ਖਿੱਲਾਂ ਰੱਖੀਆਂ ਨੇ, ਕਿਸੇ ਨੇ ਪਤਾਸੇ, ਕਿਸੇ ਨੇ ਬਦਾਨਾ ਰੱਖਿਆ, ਅਤੇ ਕੋਈ ਕੁਛ ਖਵਾਉਂਦਾ, ਕੋਈ ਕੁਛ ਵੀ। ਜੇ 20 ਕੁ ਘਰਾਂ 'ਚ ਬਾਬੇ ਚਰਨ ਪਾਉਣਗੇ, ਥੋੜ੍ਹਾ ਥੋੜ੍ਹਾ ਕਰਕੇ ਵੀ ਵੇਖ ਲਓ ਕਿੰਨਾ ਬਣ ਜਾਂਦਾ। ਕਈ ਤਾਂ ਲਿਫਾਫੇ ਚੁੱਕ ਲੈਂਦੇ ਨੇ ਭਰ ਜਾਣਾ ਅੱਜ, ਪਰ ਸਤਸੰਗ ਜੇ ਕਿਸੇ ਗਰੀਬ ਦੇ ਜਾਣਾ ਹੋਵੇ, ਫਿਰ ਕੋਈ ਵਿਰਲਾ ਹੀ ਆਉਂਦਾ, ਉੱਥੇ ਕਿਹੜਾ ਕੁਛ ਮਿਲਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਓਏ ਖਾਣ ਦੇ ਪ੍ਰੇਮੀ ਆ, ਖਾਣ ਦੇ ਚੰਗੇ ਥਾਂ ਤੇ, ਉੱਥੇ ਨਹੀਂ ਜਾਣਾ? ਨਹੀਂ 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 ਨਹੀਂ, ਉੱਥੇ ਕੀ ਫਾਇਦਾ ਜਾਣ ਦਾ, ਉੱਥੇ ਤੇ ਕੋਈ ਵਿਰਲਾ ਹੀ ਜਾਂਦਾ, ਵਿਰਲਾ। ਜਿਹਦਾ ਪ੍ਰੇਮ ਹੋਏਗਾ ਉਹੀ ਗਰੀਬ ਦੇ ਘਰ ਪਹੁੰਚੂ, ਨਹੀਂ ਤਾਂ ਹਰ ਕੋਈ ਨਹੀਂ ਪਹੁੰਚਦਾ। ਹੁਣ ਸਾਧ ਸੰਗਤ ਜੀ, ਸਾਰੀ ਦੁਨੀਆ ਫਟਕਾਰਦੀ, ਪਰ ਇੱਕ ਗੱਲ ਦਾ ਦੁੱਖ ਹੁੰਦਾ ਹੈ ਵੀ ਕਈ ਵਾਰੀ ਗੁਰੂ ਘਰਾਂ ਵਿੱਚੋਂ ਵੀ ਫਟਕਾਰ ਮਿਲ ਜਾਂਦੀ। ਪਿੰਡਾਂ ਦੀ ਕਮੇਟੀ ਚੁਣੋ ਗੁਰਦੁਆਰੇ ਦੀ, ਇੱਕ ਦੋ ਜਣੇ ਵਿਹੜੇ ਦੇ ਵੀ ਵਿੱਚ ਪਾਉਣੇ ਨੇ। ਇਹ ਬਹੁਤ ਭੈੜ ਹੈ ਸਾਡੇ 'ਚ, ਜਿਹੜੇ ਚਾਰ ਚਾਰ ਪਿੰਡਾਂ 'ਚ ਗੁਰਦੁਆਰੇ ਬਣੇ ਨੇ, ਸਾਡੇ ਕਾਰਨਾਂ ਕਰਕੇ ਹੀ ਬਣੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੰਗਰ ਵਿੱਚ ਨਾਲ ਨਹੀਂ ਲੈਣਾ, ਹਰ ਕੰਮ ਵਿੱਚ ਸਾਥ ਨਹੀਂ ਲੈਣਾ। ਸਤਸੰਗ ਜੀ, ਕਈ ਵਾਰੀ ਤਾਂ ਲੰਗਰ ਪਕਾਉਣ ਨਹੀਂ ਦਿੰਦੇ ਪਿੰਡਾਂ ਦੇ ਵਿੱਚ, ਉਹ ਤੁਸੀਂ ਨਹੀਂ ਪਕਾ ਸਕਦੇ ਤਾਂ ਜੱਟ ਪਕਾਉਣਗੇ। ਇਹ ਤੇਰੇ ਨਾਲ ਲੰਗਰ ਦੀ ਰਜਿਸਟਰੀ ਹੋਈ ਹੈ ਵੀ ਤੂੰ ਹੀ ਪਕਾ ਸਕਦਾ, ਸਾਰਿਆਂ ਨੂੰ ਹੱਕ ਹੈ। ਇਹ ਗੁਰੂ ਦਾ ਘਰ ਸਭ ਵਾਸਤੇ ਸਾਂਝਾ ਹੈ, ਭਾਵੇਂ ਕੋਈ ਵੱਡਾ, ਭਾਵੇਂ ਕੋਈ ਛੋਟਾ, ਭਾਵੇਂ ਗਰੀਬ ਹੈ, ਭਾਵੇਂ ਅਮੀਰ ਹੈ, ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ, ਉਹਦਾ ਗੁਰਦੁਆਰੇ 'ਤੇ ਪੂਰਾ ਹੱਕ ਹੈ। ਜੇ ਤੂੰ ਇਹਨਾਂ ਨੂੰ ਮਾੜੇ ਮੰਨਦੇ ਆ ਨਾ, ਆਪਾਂ ਮਾੜੇ, ਗੁਰਮੁਖੋ ਰਵਿਦਾਸ ਜੀ ਵਿੱਚ ਬੈਠੇ ਨੇ, ਗੁਰੂ ਨਾਨਕ ਸਾਹਿਬ ਦੇ ਬਰਾਬਰ, ਜਿੱਥੇ ਜਿਹੜੀ ਮੰਜੀ ਸਾਹਿਬ 'ਤੇ ਗੁਰੂ ਨਾਨਕ ਸਾਹਿਬ ਬੈਠੇ ਨੇ, ਜਿਹੜੀ ਮੰਜੀ 'ਤੇ ਗੁਰੂ ਅੰਗਦ ਸਾਹਿਬ ਬੈਠੇ ਨੇ, ਉਸੇ ਮੰਜੀ 'ਤੇ ਬਰਾਬਰ ਭਗਤ ਰਵਿਦਾਸ ਜੀ ਬੈਠੇ ਨੇ। ਜਾਤ ਦਾ ਤਾਂ ਮਤਲਬ ਹੀ ਕੋਈ ਨਹੀਂ। ਕਹਿੰਦੇ ਜਿਹੜਾ ਬੰਦਾ ਦੂਜੇ ਬੰਦੇ ਦੀ ਜਾਤ ਪੁੱਛ ਲਏ, ਕਹਿੰਦੇ ਉਹ ਸਿੱਖ ਹੋ ਹੀ ਨਹੀਂ ਸਕਦਾ। ਜਾਤ ਨਹੀਂ ਕਦੇ ਪੁੱਛਣੀ, ਤੂੰ ਕਿਹੜੀ ਜਾਤ ਦਾ, ਕੀ ਲੈਣਾ। ਇਹ ਵੇਖ ਵੀ ਉਹਦੇ ਅੰਦਰ ਪਿਆਰ ਕਿੰਨਾ, ਪਿਆਰ ਭਾਵਨਾ ਕਿੰਨੀ। ਕੋਈ ਵੀ ਨਾ ਆਇਆ ਉਹਦੇ ਘਰ ਪ੍ਰਸ਼ਾਦਾ ਛਕਣ ਵਾਸਤੇ, ਤਰਲੇ ਕਰਦਾ ਰਿਹਾ, ਉਹ ਆ ਜਾਓ ਭਾਈ ਮੇਰੇ ਘਰ, ਮਹਾਰਾਜ ਨੇ ਆਉਣਾ, ਕਹਿੰਦੇ ਤੂੰ ਆਪੇ ਸਤਿਕਾਰ ਕਰ ਲੈ, ਇਕੱਲੇ ਹੀ ਖੜਾ। ਮਹਾਰਾਜ ਆਏ, ਚਰਨਾਂ 'ਤੇ ਟੇਕਿਆ, ਮੱਥਾ ਬਹਾਤਾ, ਜਿਹੋ ਜਿਹਾ ਆਸਣ ਲੱਗਿਆ ਸੀ ਉਸੇ ਆਸਣ 'ਤੇ ਬਹਾਤਾ, ਕੱਖਾਂ ਦੀ ਛੱਪਰੀ, ਕਾਨਿਆਂ ਦੀ ਛੱਤ, ਆਲੇ ਦੁਆਲੇ ਲੇਪ ਕੀਤਾ ਹੋਇਆ ਮਿੱਟੀ ਦਾ। ਜਦੋਂ ਮਹਾਰਾਜ ਜੀ ਬਹਿ ਗਏ ਨਾ ਆ ਕੇ, ਦੋਵੇਂ ਪਤੀ ਪਤਨੀ ਗਾਉਂਦੇ ਫਿਰਦੇ, ਸਾਡੀ ਛੱਪਰੀ ਨੂੰ ਜੀ ਭਾਗ ਲੱਗ, ਸਾਡੀ ਛੱਪਰੀ ਨੂੰ ਜੀ
ਛਕਾਇਆ ਦੋਵੇਂ ਪਤੀ ਪਤਨੀ ਜਿਹੋ ਜਿਹਾ ਬਣਿਆ ਛਕਾਇਆ ਮਹਾਰਾਜ ਦੇ ਸਾਹਮਣੇ ਲਿਆ ਰੱਖਿਆ ਲਓ ਮਹਾਰਾਜ ਛਕ ਲਿਆ ਪ੍ਰਸ਼ਾਦਾ ਨਾਲੇ ਪ੍ਰਸ਼ਾਦਾ ਛਕਦੇ ਨੇ ਇਹ ਕੋਲੇ ਬਹਿ ਕੇ ਨਾ ਪੱਖੀ ਲੱਗ ਪਿਆ ਚੱਲਣ ਮਹਾਰਾਜ ਪੱਖੀ ਝੱਲਦੇ ਝੱਲਦੇ ਨੇ ਮਨ 'ਚ ਸੋਚਿਆ ਮੇਰੇ ਘਰ ਰੱਬ ਆਇਆ ਹੈ ਪਤਾ ਨਹੀਂ ਮੁੜ ਕੇ ਸਾਡੇ ਇਲਾਕੇ 'ਚ ਆਉਣਾ ਕਿ ਨਹੀਂ ਆਉਣਾ ਬੇਨਤੀ ਕਰ ਲਾਂ ਕੱਲ੍ਹ ਨੂੰ ਫਿਰ ਛਕ ਜਾਣ ਪ੍ਰਸ਼ਾਦਾ ਕੋਲ ਕੁਛ ਨਹੀਂ ਪੱਲੇ ਕੁਝ ਵੀ ਨਹੀਂ ਛਕਾਉਣ ਵਾਸਤੇ ਮਾਇਆ ਹੈ ਨਹੀਂ ਘਰ 'ਚ ਕਹਿੰਦਾ ਇੱਕ ਵਾਰੀ ਫਿਰ ਬੇਨਤੀ ਕਰ ਲਾਂ ਕਹਿੰਦਾ ਸਤਿਗੁਰੂ ਜੀ ਕੱਲ੍ਹ ਨੂੰ ਫਿਰ ਛਕ ਜਾਓ ਪ੍ਰਸ਼ਾਦਾ ਮਹਾਰਾਜ ਕਹਿੰਦੇ ਤੇਰੀ ਇੱਛਾ ਹੈ ਜੇ ਛਕਾਏਗਾ ਤਾਂ ਕੱਲ੍ਹ ਨੂੰ ਫਿਰ ਛਕ ਲਾਂਗੇ ਨਾ ਨਹੀਂ ਕੀਤੀ ਪਿਆਰ ਵਿੱਚ ਇਨਕਾਰ ਨਹੀਂ ਹੁੰਦਾ ਨਾ ਨਹੀਂ ਕੀਤੀ ਕੋਈ ਗੱਲ ਨਹੀਂ ਫਿਰ ਛਕ ਜਾਂਗੇ ਗੱਲ ਕਿਹੜੀ ਇੱਥੇ ਬਥੇਰਾ 100 ਰੁਪਈਆ ਠੇਕੇ 'ਤੇ ਰੋਜ਼ ਲੱਗਦਾ ਕੋਈ ਰਿਸ਼ਤੇਦਾਰ ਆ ਜੇ 500-500 ਲਾ ਦਿੰਦਾ ਕਿਤੇ ਗੁਰਦੁਆਰੇ ਕਹਿਣ ਨਾ ਵੀ ਆ ਜਾ 100 ਰੁਪਈਆ 200 ਰੁਪਈਆ ਦੇ ਦੇ ਦੀਵਾਨ ਲਵਾਉਣੇ ਨੇ ਕਹਿਣਗੇ 13ਵਾਂ ਮਹੀਨਾ ਚੱਲਦਾ ਹੁਣ ਕਿੱਥੇ 13ਵਾਂ ਕਿੱਥੋਂ ਕੱਢ ਲੈਂਦੇ ਹੋ ਗੁਰੂ ਵਾਰੀ ਬੋਰੀਆਂ ਲੈ ਕੇ ਆ ਜਾਣ ਅੰਦਰ ਜੇ ਵੜਦੇ ਫਿਰਦੇ ਨੇ ਘਰ ਵਾਲੇ ਨੂੰ ਕਹਿੰਦੇ ਕਹਿੰਦੇ ਘਰ ਹੀ ਨਹੀਂ ਹੈ ਘਰ ਨਹੀਂ ਹੈ ਬਾਹਰੋਂ ਹੀ ਜਵਾਬ ਦੇ ਦਿੰਦੇ ਲੁਕਦੇ ਫਿਰਦੇ ਆ ਲੁਕਦੇ ਉਹ ਗੁਰਮੁਖੋ ਜਿੱਦਣ ਗੁਰੂ ਲੁਕ ਗਿਆ ਨਾ ਫਿਰ ਕੱਖ ਵੀ ਨਹੀਂ ਰਹਿਣਾ ਖੁਸ਼ਾ ਪਣਾ ਸ੍ਰੀ ਵਾਹਿਗੁਰੂ ਲੁਕਦਾ ਕਿਉਂ ਫਿਰਦਾ ਹੈ ਆ ਹੁਣ ਕਿਤੇ ਥੋੜੇ ਭਾਗ ਲੱਗੇ ਪਏ ਨੇ ਜੇ ਕਿਤੇ ਮੀਂਹ ਨਾ ਪਵੇ ਤੇ ਹਿਸਾਬ ਲਾ ਲਓ ਜ਼ਿਮੀਦਾਰ ਭਰਾ ਬੈਠੇ ਹੋ ਵੀ ਤੇਲ ਕਿੰਨਾ ਕੁ ਮੱਚੂ 10-10 ਹਜ਼ਾਰ ਦਾ ਤੇਲ ਮੱਚ ਜਾਣਾ ਸੀ ਆ ਹੁਣ ਤੱਕ ਜੇ ਮੀਂਹ ਨਾ ਪੈਂਦਾ ਹਜੇ ਹੋਰ ਨਹੀਂ ਲੋੜ ਗਾਂਹ ਵੀ ਲੋੜ ਹੈ ਵੀ ਆਪ ਚਲੋ ਹੁਣ ਦੀਵਾਨਾ ਕਰਕੇ ਕਿਰਪਾ ਰੱਖਣ ਮਹਾਰਾਜ ਅਤੇ ਹੁਣ ਲੋੜ ਤਾਂ ਸਭ ਨੂੰ ਹੀ ਹੈ ਸਭ ਦੀ ਇੱਛਾ ਹੈ ਕਿ ਮੀਂਹ ਬਸ ਤੀਜੇ ਕੁ ਦਿਨ ਪੈ ਜਾ ਕਰੇ ਮੈਨੂੰ ਮੋਟਰ 'ਤੇ ਗੇੜਾ ਮਾਰਨ ਦੀ ਵੀ ਲੋੜ ਨਹੀਂ ਖੇਤ ਜਾਣ ਦੀ ਵੀ ਲੋੜ ਨਹੀਂ ਜਦੋਂ ਬਾਬੇ ਬੋਰੀਆਂ ਲੈ ਕੇ ਆਉਣਗੇ ਫਿਰ ਅੰਦਰ ਜੇ ਵੜਦਾ ਫਿਰਦਾ ਫਿਰ ਉਦੋਂ ਜੇ 10 ਹਜ਼ਾਰ ਦਾ ਤੇਲ ਮੱਚ ਜਾਂਦਾ ਫਿਰ ਕੀ ਕਰਦਾ ਫਿਰ ਆੜਤੀਏ ਤੋਂ ਚੱਕ ਕੇ ਲਓ ਵੀ ਹੁਣ ਜੀਰੀ 'ਤੇ ਪਾਲਣੀ ਹੈ ਹੁਣ 5-10 ਕਿੱਲੇ ਉਹ ਆਪਣੇ ਆਪ ਹੀ ਪਲ ਗਈ ਇੰਦਰ ਦੇਵਤੇ ਨੂੰ ਨਿਰੰਕਾਰ ਦਾ ਅਕਾਲ ਪੁਰਖ ਦਾ ਹੁਕਮ ਹੋ ਗਿਆ ਪਾਈ ਚੱਲ ਤੇ ਤੂੰ ਅੰਦਰ ਲੁਕਦਾ ਫਿਰਦਾ ਹੈ ਫਿਰ ਸੋਕਾ ਵੀ ਲੱਗਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਕਦਰ ਨਾ ਕਰੀਏ ਹਾਲ ਇਹੀ ਹੁੰਦਾ ਪਿਛਲੇ ਸਾਲ ਵੀ ਬੜੀ ਕਿਰਪਾ ਕੀਤੀ ਮਹਾਰਾਜ ਨੇ ਪਿਛਲੇ ਸਾਲ ਵੀ ਜ਼ਿਮੀਦਾਰਾਂ ਨੂੰ ਤੇਲ ਨਹੀਂ ਬਹੁਤਾ ਮਚਾਉਣਾ ਪਿਆ ਆ ਹੁਣ ਫਿਰ ਕਿਰਪਾ ਹੈ ਐਤਕੀ ਫਿਰ ਆ ਤੁਹਾਡੇ ਇਲਾਕੇ 'ਤੇ ਬਹੁਤ ਹੀ ਕਿਰਪਾ ਹੈ
ਮੈਂ ਸਾਰੇ ਪੰਜਾਬ 'ਚ ਫਿਰਦਾ ਹੀ ਰਹਿੰਦਾ, ਕਦੀ ਇੱਧਰ ਨੂੰ ਲੰਘ ਗਿਆ, ਕਦੇ ਇੱਧਰ ਨੂੰ ਲੰਘ ਗਿਆ, ਗੁਰਦਾਸਪੁਰ, ਹੁਸ਼ਿਆਰਪੁਰ, ਦਿੱਲੀ, ਕਲਕੱਤਾ, ਸਾਰੇ ਕਿਤੇ ਜਾਂਦਾ ਮੈਂ। ਫਿਰੋਜ਼ਪੁਰ ਇਲਾਕੇ 'ਚੋਂ ਮੈਂ ਆਇਆ, ਉੱਧਰ ਪਤਾ ਵੀ ਨਹੀਂ ਸੀ। ਇੱਧਰ ਕਿੰਨੇ ਦਿਨ ਹੋ ਗਏ ਵੇਖ ਲਓ, ਲਗਾਤਾਰ ਰੰਗ ਲੱਗੇ ਪਏ ਨੇ। ਮਹਾਰਾਜ ਦੀ ਕਿਰਪਾ ਹੈ, ਬਖਸ਼ਿਸ਼ ਹੈ ਨਾ। ਮਾਲੋ ਮਾਲ ਮਾਲ ਮਾਲੋ ਮਾਲ ਮਾਲ ਵਾ ਮਾਲੋ ਮਾਲ 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 ਦਮਦਮਾ ਸਾਹਿਬ ਆਏ। ਮਹਾਰਾਜ ਕਹਿੰਦੇ ਵੇਖੋ ਡੱਲਿਆ ਕਿਵੇਂ ਅੰਬ ਲੱਗੇ ਨੇ, ਕਿਵੇਂ ਅੰਗੂਰ ਲੱਗੇ ਨੇ। ਕਹਿੰਦਾ ਮਹਾਰਾਜ ਅੱਕਾਂ ਦੀਆਂ ਕੱਕੜੀਆਂ ਨੇ, ਇੱਥੇ ਕਿਹੜੇ ਅੰਬ। ਡੱਲਿਆ ਆ ਵੇਖ ਕਿਵੇਂ ਨਹਿਰਾਂ ਚੱਲਦੀਆਂ ਨੇ, ਇੱਥੇ ਕਿਹੜੀਆਂ ਨਹਿਰਾਂ। ਮਹਾਰਾਜ ਕੋਈ ਨਹਿਰਾਂ ਨਹੀਂ, ਰੇਤ ਦੇ ਟਿੱਬੇ ਨੇ, ਰੇਤਾ ਉੱਡਦਾ ਹੈ। ਉਹ ਡੱਲਿਆ ਇਹ ਬਚਨ ਤੇ ਪੂਰੇ ਅੱਜ ਹੀ ਹੋ ਜਾਂਦੇ ਜੇ ਤੂੰ ਹਾਂ ਕਰ ਦਿੰਦਾ, ਪਰ ਇੱਕ ਦਿਨ ਐਸਾ ਆਏਗਾ ਇੱਥੇ ਅੰਬ ਵੀ ਲੱਗਣਗੇ, ਇੱਥੇ ਫਲ ਵੀ ਲੱਗਣਗੇ, ਇੱਥੇ ਨਹਿਰਾਂ ਵੀ ਚੱਲਣਗੀਆਂ। ਆ ਨਹਿਰਾਂ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਨਾਲ ਹੀ ਚੱਲਦੀਆਂ ਨੇ, ਤੇ ਮਾਲਵਾ ਤੇ ਸਭ ਤੋਂ ਪਿੱਛੇ ਸੀ। ਕਦਰ ਨੀ ਪਾਈ, ਕਦਰ ਨੀ ਪਾਈ, ਹੁਣ ਸਭ ਤੋਂ ਅੱਗੇ ਹੈ। ਹੋਰ ਕਿਤੇ ਮੀਂਹ ਪਵੇ ਨਾ ਪਵੇ, ਮਾਲਵਾ ਸਭ ਤੋਂ ਅੱਗੇ। ਮਾਲੋ ਮਾਲ ਮਾਲਵਾ ਮਾਲੋ ਮਾਲ ਮਾਲੋ ਮਾਲ ਮਾਲਵਾ ਮਾਲੋ ਮਾਲ ਮਾਲੋ ਮਾਲ ਮਾਲਵਾ। ਜਿਹੜੀ ਮਾੜੀ ਮੋਟੀ ਕਸਰ ਰਹਿ ਗਈ ਨਾ, ਇਹ ਵੀ ਤੁਸੀਂ ਵੇਖੋਗੇ ਆਉਣ ਵਾਲੇ ਸਮੇਂ 'ਚ ਪੂਰੀ ਹੋ ਜਾਣੀ ਹੈ। ਆਪਾਂ ਹੁਸ਼ਿਆਰਪੁਰ ਨੂੰ ਤੇ ਉਹਨਾਂ ਨੂੰ ਅੱਗੇ ਮੰਨਦੇ ਹਾਂ ਨਾ, ਇਹ ਮਰ ਦੀ ਕਿਰਪਾ ਨਾਲ ਸਾਰਾ ਹੀ ਮਾਲਵਾ ਮਾਲੋ ਮਾਲ ਹੋਊ ਆਏਗਾ ਸਰ। ਹੁਣ ਵੀ ਬੜੀ ਕਿਰਪਾ, ਸਤਿ ਸ੍ਰੀ ਅਕਾਲ। ਆ ਜਿੰਨੀਆਂ ਨਹਿਰਾਂ ਚੱਲਦੀਆਂ ਨੇ, ਆ ਜੋ ਬਾਗ ਜਿੱਥੇ ਮਰਜ਼ੀ ਬਾਗ ਲਾ ਲਓ, ਲੱਗੂ। ਪਹਿਲਾਂ ਕਿੱਥੇ ਲੱਗਦਾ ਸੀ, ਅੱਜ ਤੁਸੀਂ ਬਾਗ ਲਾਓ, ਜਿਹੜਾ ਵੀ ਦਰਖਤ ਬੀਜੋਗੇ ਉੱਗੇਗਾ। ਪਹਿਲਾਂ ਨਹੀਂ ਸੀ ਉੱਗਦਾ, ਰੇਤਾ ਹੀ ਰੇਤਾ ਉੱਡਦਾ ਸੀ ਹਰ ਪਾਸੇ ਰਾਜਸਥਾਨ ਵੱਲ, ਕਿਤੇ ਪਾਣੀ ਮਿਲਦਾ ਹੀ ਨਹੀਂ ਸੀ। ਮਹਾਰਾਜ ਕਹਿੰਦੇ ਡੱਲਿਆ ਮਾਲੋ ਮਾਲ ਮਾਲਵਾ, ਹੋ ਗਿਆ ਨਾ ਮਾਲੋ ਮਾਲ। ਦੁੱਖ ਦੀ ਗੱਲ ਇਹ ਹੈ, ਕਦਰ ਨਹੀਂ ਪਾਈ, ਕਦਰ ਨਹੀਂ ਪਾਈ। ਮਾਲਵਾ ਸਿੱਖੀ ਦੇ ਵਿੱਚੋਂ ਬਹੁਤ ਪਿੱਛੇ ਹੈ, ਬਹੁਤ ਪਿੱਛੇ ਹੈ। ਹਰ ਥਾਂ 'ਤੇ ਪਖੰਡ ਦਾ ਜ਼ੋਰ ਮਾਲਵੇ 'ਤੇ ਜ਼ਿਆਦਾ ਹੈ। ਮੈਂ ਸਾਰੇ ਕਿਤੇ ਵਿਚਰ ਕੇ ਵੇਖਿਆ, ਮਾਝੇ 'ਚ, ਦੁਆਬੇ 'ਚ ਬਥੇਰੀ ਸਿੱਖੀ ਹੈ। ਆ ਪਖੰਡ ਨਹੀਂ, ਆਪਣੇ ਵਾਂਗੂ ਘਰ ਘਰ ਫੋਟੋਆਂ ਨਹੀਂ ਲਾਈ ਫਿਰਦੇ ਹੋ।
ਥਾਂ ਥਾਂ ਦੇ ਉੱਤੇ ਨਹੀਂ ਜਾਂਦੇ, ਥਾਂ ਥਾਂ 'ਤੇ ਗੁਰਦੁਆਰਿਆਂ 'ਚ ਨੱਕ ਨਹੀਂ ਰਗੜਦੇ। ਹੈ ਪਖੰਡ ਜ਼ਰੂਰ ਹੈ ਪਰ ਮਾਲ ਵਿੱਚ ਵੱਧ ਹੈ। ਅਸੀਂ ਕਦਰ ਨਹੀਂ ਕਰ ਰਹੇ ਮਹਾਰਾਜ ਦੀਆਂ ਦਿੱਤੀਆਂ ਦਾਤਾਂ ਦੀ। ਆਹ ਸਭ ਰੰਗ ਭਾਗ ਜਿਹੜੇ ਲੱਗੇ ਪਏ ਨੇ ਨਾ ਪਿੰਡਾਂ 'ਚ, ਇਹ ਮਹਾਰਾਜ ਦੀ ਬਖਸ਼ਿਸ਼ ਹੈ। ਬੇਕਦਰੇ ਨਾ ਬਣੋ, ਕਦਰ ਕਰੋ ਭਾਈ, ਧਿਆਨ ਦਿਓ। ਮਹਾਰਾਜ ਜੀ ਨੇ ਬਚਨ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਨਾਨਕ ਸਾਹਿਬ ਜਰਾ, ਉਹ ਜੋ ਮੈਂ ਬੇਨਤੀ ਕਰ ਰਿਹਾ ਸੀ ਉੱਧਰ, ਧਿਆਨ। ਪ੍ਰਸ਼ਾਦਾ ਛਕਾਉਂਦਾ ਹੈ ਨਾਲੇ ਪੱਖੀ ਝੱਲਦਾ, ਕਹਿੰਦਾ ਮਹਾਰਾਜ ਕੱਲ ਨੂੰ ਫੇਰ ਛਕ ਜਿਓ। ਕਹਿੰਦੇ ਤੇਰੀ ਇੱਛਾ, ਛਕ ਜਾਂਗੇ ਮਹਾਰਾਜ ਅਗਲੇ ਦਿਨ। ਫੇਰ ਅਗਲੇ ਦਿਨ ਦਾ ਪ੍ਰਬੰਧ ਇਹਨੇ ਬਹੁਤ ਔਖਾ ਕੀਤਾ ਪ੍ਰਸ਼ਾਦੇ ਦਾ, ਕਿਉਂ ਅੱਗੇ ਜਿੰਨਾ ਕੁ ਆਉਂਦੇ ਸੀ ਦੋਵੇਂ ਪਤੀ ਪਤਨੀ ਖਾ ਲੈਂਦੇ, ਦਿਹਾੜੀ ਕਰਨੀ ਉਹਨਾਂ ਕੁ ਰਾਸ਼ਨ ਲਿਆਉਣਾ ਉਹਨਾਂ ਕੁ ਖਾ ਜਾਣਾ ਬਸ। ਹੁਣ ਜਿਹੜਾ ਛਕਣਾ ਹੈ ਮਹਾਰਾਜ ਵਾਸਤੇ ਲਿਆਉਣਾ ਹੈ ਉਹ ਮੰਗ ਕੇ ਲਿਆਉਣਾ। ਇਹ ਗਿਆ ਸ਼ਾਹੂਕਾਰ ਕੋਲ, ਬਈ ਮੈਂ ਦਿਹਾੜੀਆਂ ਕਰਕੇ ਲਾ ਦੂੰ, ਪੈਸੇ ਦੇ ਦੇ ਥੋੜ੍ਹੇ ਜਿਹੇ। ਉਹਨੇ ਦੇ ਦਿੱਤੇ, ਚਲੋ ਇੱਕ ਦਿਨ ਦਾ ਪ੍ਰਸ਼ਾਦਾ ਬਣ ਗਿਆ। ਨਾਲੇ ਪੱਖੀ ਝੱਲਦਾ ਅਗਲੇ ਦਿਨ ਮਹਾਰਾਜ ਫੇਰ ਆ ਗਏ, ਹੱਥ ਜੋੜ ਕੇ ਕਹਿੰਦਾ ਗਰੀਬ ਨਿਵਾਜ, ਇੱਕ ਵਾਰੀ ਗਰੀਬ ਨੂੰ ਫੇਰ ਨਿਵਾਜ ਦੇ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ। ਬੇਨਤੀਆਂ ਕਰਦਾ ਮਹਾਰਾਜ ਨੇ ਪ੍ਰਵਾਨ ਕਰ ਲਈ। ਕਹਿੰਦੇ ਹੈ ਬੜਾ ਗਰੀਬ ਹੈ, ਭਾਵਨਾ ਬਹੁਤ ਹੈ, ਮੇਰਾ ਰੱਖ ਲੈ ਮਾਣ ਨਵਾਣੇ ਨਾਲ। ਹੁੰਦੇ ਨੀ ਜਿੰਦੇ ਸਾਧੂ ਮਾਨ ਨਵਾਣਿਆ, ਹੁੰਦੇ ਨੀ ਜਿੰਦੇ ਸਾਧੂ ਮਾਨ ਨਵਾਣਿਆ। Bye.
ਪੈਸੇ ਤੇ ਮਾਣ, ਕਿਸੇ ਨੂੰ ਆਪਣੀ ਜ਼ਮੀਨ ਤੇ ਮਾਣ, ਕਿਸੇ ਨੂੰ ਆਪਣੇ ਰਿਸ਼ਤੇਦਾਰਾਂ ਤੇ ਮਾਣ ਹੈ, ਕਿਸੇ ਨੂੰ ਕਿਸੇ ਤੇ ਮਾਣ ਹੈ, ਕਿਸੇ ਨੂੰ ਕਿਸੇ ਤੇ ਮਾਣ ਹੈ। ਉਹ ਜਿਹੜਾ ਗਰੀਬ ਹੈ ਉਹਦਾ ਕੌਣ ਹੈ ਮਾਣ, ਉਹ ਕਿਹਦੇ ਤੇ ਮਾਣ ਕਰੇ? ਉਹਨਾਂ ਦਾ ਤੇ ਫਿਰ ਇੱਕੋ ਹੀ ਮਾਣ ਹੁੰਦਾ, ਜ਼ੋਰ ਕਿੱਥੇ ਤੱਕ ਹੈ? ਉਹ ਕਿਤੇ ਜ਼ੋਰ ਨਹੀਂ ਚੱਲਦਾ ਤੇ ਫਿਰ ਬਸ ਇੱਕੋ ਹੀ ਨੇ ਰੱਬ ਦੇ ਪਿਆਰੇ, ਉੱਥੇ ਜਾ ਕੇ ਅਰਜ ਕਰਨੀ। ਹੁੰਦੇ ਨਹੀਂ ਜਿੰਦੇ ਸਾਧੂ ਮਾਨ ਕਿਸੇ ਗਰੀਬ ਦਾ ਮਾਣ ਰੱਖਣਾ ਹੀ ਨਹੀਂ ਆਉਂਦਾ, ਉਹ ਸਾਧੂ ਜਿਹਨੂੰ ਕਿਸੇ ਦਾ ਮਾਣ ਕਰਨਾ ਹੀ ਨਹੀਂ ਆਉਂਦਾ। ਗੁਣਵਾਨ ਬੰਦੇ ਦਾ ਗੁਣ ਦੀ ਕਦਰ ਕਰਨੀ ਨਹੀਂ ਆਉਂਦੀ, ਉਹ ਮਾਣ ਯੋਗ ਹੈ, ਉਹਨੂੰ ਉਹਦਾ ਮਾਣ ਦੇਣਾ ਨਹੀਂ ਆਉਂਦਾ, ਉਹ ਸਾਧੂ ਹੋ ਹੀ ਨਹੀਂ ਸਕਦਾ। ਸਾਧੂ ਤੇ ਨਮਾਣਿਆਂ ਨੂੰ ਵੀ ਮਾਣ ਦਿੰਦੇ ਨੇ, ਇੱਥੇ ਮਾਣ ਵਾਲਿਆਂ ਨੂੰ ਵੀ ਧੱਕੇ ਪੈਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਣ ਵਾਲਿਆਂ ਨੂੰ ਵੀ ਧੱਕੇ ਪੈਂਦੇ ਆ, ਸਾਧੂ ਮਾਣ ਵਾਲਿਆਂ ਦਾ ਤੇ ਮਾਣ ਕਰਦੇ ਹੀ ਹੈ, ਉਹ ਨਮਾਣਿਆਂ ਦਾ ਵੀ ਮਾਣ ਕਰਦੇ। ਸਾਧੂ ਹੋਵੇ ਕੋਈ, ਸਾਧੂ ਨੌ ਦੁਆਰੇ ਸਾਧ ਸਾਧ ਕਹਾਇਆ, ਸਾਧ ਕਹਾਇਆ ਹੋਵੇ ਕੋਈ ਐਸਾ ਸਾਧੂ ਹੋਵੇ। ਹੁਣ ਧਿਆਨ ਦੇਣਾ ਭਾਈ, ਮਹਾਰਾਜ ਦੇ ਨਾਲੇ ਪੱਖੀ ਝੱਲੇ, ਕਹਿੰਦਾ ਮਹਾਰਾਜ ਇੱਕ ਵਾਰੀ ਹੋਰ ਚਰਨ ਪਾ ਜਾਓ। ਕਹਿੰਦੇ ਲੈ ਹੈ ਗਰੀਬ ਹੈ, ਭਾਵਨਾ ਬਹੁਤ ਹੈ, ਜ਼ੋਰ ਵੀ ਮਹਾਰਾਜ ਤੱਕ ਹੀ ਹੈ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਲੈ ਮੈਂ ਕਿਤੇ ਹੋਰ ਜਾਵਾਂ ਨਾ ਜਾਵਾਂ, ਮੈਂ ਤੇਰੇ ਕੱਲ੍ਹ ਨੂੰ ਫੇਰ ਆ ਜਾਊਂ, ਫਿਰ ਆਵਾਂਗੇ ਕੱਲ੍ਹ ਨੂੰ, ਲੈ ਕਰ ਲਈ ਤਿਆਰੀ। ਉਹਨੇ ਫਿਰ ਤਿਆਰੀ ਕਰ ਲਈ, ਮਹਾਰਾਜ ਆਉਣਗੇ, ਪਰ ਤਿਆਰੀ ਵੀ ਹੁਣ ਕਿੱਥੋਂ ਕਰੇ? ਦੋ ਦਿਨ ਤੇ ਚਲੋ ਸਰ ਗਿਆ, ਪਹਿਲੇ ਦਿਨ ਤੇ ਹੈ ਸੀ ਜਿੰਨਾ ਕੁ ਪਕਾ ਦਿੱਤਾ, ਦੂਜੇ ਦਿਨ ਮੰਗ ਕੇ ਵੀ ਦਿਹਾੜੀ ਕਰਕੇ ਲਾ ਦਾਂਗੇ, ਕੋਈ ਨੀ ਬਈ ਧਾਰਾ ਦੇ ਦੇ। ਤੇ ਤੀਜੇ ਦਿਨ ਗੱਲ ਕਿੱਥੇ ਆ ਗਈ? ਤੀਜੇ ਦਿਨ ਸਾਧ ਸੰਗਤ ਜੀ ਹੁਣ ਘਰ ਵਾਲੀ ਨੂੰ ਕਹਿੰਦਾ ਭਾਗਵਾਨ ਨੇ ਹੁਣ ਕਿਵੇਂ ਕਰੀਏ, ਹੈ ਕੁਛ ਪੱਲੇ ਆਪਣੇ ਹੈ ਨਹੀਂ, ਤੇ ਪ੍ਰਸ਼ਾਦੇ ਦਾ ਟਾਈਮ ਲੈ ਲਿਆ। ਕਹਿੰਦੀ ਫਿਰ ਸੋਚ ਕੇ ਲੈਣਾ ਸੀ, ਹੁਣ ਕਿਵੇਂ ਕਰੀਏ? ਗਿਆ ਵਿਚਾਰਾ ਬਾਹਰ ਘੁੰਮ ਫਿਰ ਕੇ, ਮੁੜ ਕੇ ਆ ਕਦੀ ਕਿਸੇ ਦੇ ਤਰਲੇ, ਕਦੀ ਕਿਸੇ ਦੇ ਤਰਲੇ, ਕਿਸੇ ਨੇ ਡਾਹ ਨਾ ਦਿੱਤੀ, ਕੋਈ ਸੁਣੇ ਹੀ ਨਾ ਇਹਦੀ ਗਰੀਬ ਦੀ। ਹੁਣ ਵੱਡਿਆਂ ਦੇ ਤੇ ਸਾਰੇ ਹੀ ਬਣਦੇ ਨੇ, ਗਰੀਬ ਨੂੰ ਤੇ ਕੋਈ ਵਿਰਲਾ ਹੀ ਪੁੱਛਦਾ ਹੈ ਨਾ, ਪਰ ਐਵੇਂ ਕੋਈ ਮੰਗਦਾ ਨਹੀਂ, ਕਰਦੀ ਮਜ਼ਬੂਰ ਗਰੀਬੀ। ਗਰੀਬੀ ਜਦੋਂ ਮਜ਼ਬੂਰ ਕਰਦੀ ਹੈ ਨਾ, ਉਦੋਂ ਮੰਗਦਾ ਬੰਦਾ। ਕਈ ਵਾਰੀ ਆਪਣੇ ਘਰ 'ਚ ਕੋਈ ਮੰਗਤਾ ਜੇ ਧੱਕਾ ਮਾਰ ਕੇ ਕੱਢ ਦੇਣਾ, ਜਾਓ ਤੂੰ ਆਪ ਨਹੀਂ ਕਮਾਈ ਕਰ ਸਕਦਾ, ਦਿਹਾੜੀ ਕਰ ਲੈ, ਪਰ ਜਿਹੜਾ ਮੰਗਣੀ ਆ ਗਿਆ ਆਇਆ ਤਾਂ ਹੈ ਜੇ ਤੇਰੇ ਕੋਲ ਕੁਝ ਹੈ, ਤੇ ਖਾਲੀ ਮੋੜਨਾ ਇਹ ਗੁਰਸਿੱਖ ਦਾ ਕਰਮ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇ ਦਿਓ ਕੁਛ ਨਾ ਕੁਛ, ਜੇ ਆਟਾ ਦਾਣੇ ਜੋ ਮੰਗਦਾ ਥੋੜਾ ਬਹੁਤਾ ਦੇ ਦਿਓ, ਤੇ ਅੱਗੇ ਤੋਂ ਕਹਿ ਭਾਈ ਮਿਹਨਤ ਵੀ ਕਰਿਆ ਕਰ, ਪਰ ਜੇ ਧੱਕੇ ਮਾਰ ਕੇ ਕੱਢਦਾ ਇਹਦੇ ਨਾਲ ਤੂੰ ਵੱਡਾ ਨਹੀਂ ਹੋਇਆ। ਸਤ ਸੰਗਤ ਜੀ, ਧੱਕੇ ਨਹੀਂ ਕਦੇ ਕਿਸੇ ਨੂੰ ਮਾਰਨੇ, ਐਵੇਂ ਨਹੀਂ ਕੋਈ ਮੰਗਦਾ, ਹੱਥ ਅੱਡਣ ਨੂੰ ਕਿਹਦਾ ਜੀ ਕਰਦਾ? ਜਿਹੜੇ ਬੱਚੇ ਫਾਟਕਾਂ ਤੇ ਮੰਗਦੇ ਨੇ, ਜਾਂ ਸਾਡੀਆਂ ਗੱਡੀਆਂ ਵੀ ਸਾਫ਼ ਕਰਨਗੇ, ਭੱਜ ਕੇ ਆ ਕੇ ਗੱਡੀ ਸਾਫ਼ ਕਰਨਗੇ, ਨਿੱਕੇ ਨਿੱਕੇ ਬੱਚੇ 5-5 ਸਾਲ ਦੇ, ਆ ਲੁਧਿਆਣੇ ਦਿੱਲੀ ਜਾਂਦੇ ਆ ਵੇਖਦਾ ਮੈਂ, ਉਹ ਮੰਗਦੇ ਨੇ ਆ ਕੇ।
ਤੇ ਚਲੋ ਮਾਣ ਹੈ ਉਹਨਾਂ ਦਾ। ਹੁਣ ਜਿਹੜੇ ਮੰਗਣ ਹੀ ਲੱਗ ਪਏ, ਮੰਗ ਰਹੇ ਨੇ, ਐਵੇਂ ਤਾਂ ਨਹੀਂ ਮੰਗਦੇ। ਹੁਣ ਤੂੰ ਸੋਚ, ਜੇ ਤੇਰੇ ਕੋਲ ਕੁਝ ਹੈ, ਜੇ ਗੱਡੀ ਹੈ ਤੇ ਤਾਂ ਹੀ ਮੰਗਦੇ ਨੇ। ਜੇ ਤੂੰ ਵੀ ਇਸੇ ਲਿਸਟ 'ਚ ਹੁੰਦਾ ਫਿਰ ਕੀ ਬਣਦਾ? ਖੁ ਸਤਨਾਮ ਵਾਹਿਗੁਰੂ। ਸੋ ਮਾਣ ਰੱਖਣਾ ਹਰ ਇੱਕ ਦਾ ਫਰਜ਼ ਹੈ। ਜੇ ਤੈਨੂੰ ਕੁਝ ਦਿੱਤਾ ਹੈ ਤੇ ਜ਼ਰੂਰ ਕੁਝ ਮਾਣ ਕਰੋ ਹਰ ਇੱਕ। ਔਰ ਗਰੀਬ ਦੀ ਜਿਹੜੀ ਦੁਆ ਹੈ, ਕੀ ਪਤਾ ਕਿੱਥੇ ਤੱਕ ਪਹੁੰਚ ਜਾਣੀ। ਮੈਂ ਬੇਨਤੀ ਕਰ ਚੁੱਕਿਆ, ਜਿੱਥੇ ਗਰੀਬ ਦੀ ਦੁਆ ਕੰਮ ਕਰੂ ਨਾ, ਉੱਥੇ ਕਿਸੇ ਦੀ ਵੀ ਸਿਫਾਰਿਸ਼ ਕੰਮ ਨਹੀਂ ਕਰਦੀ। ਅਤੇ ਮਹਾਰਾਜ ਵੀ ਗਰੀਬਾਂ ਦੀ ਵੀ ਸੁਣਦੇ ਆ, ਉਹਨਾਂ ਨੇ ਵੀ ਉਸੇ ਦੀ ਸੁਣਨੀ। ਗੁਰੂ ਨਾਨਕ ਯਾਰ ਗਰੀਬਾਂ ਦਾ ਵੇਖ ਲਵੋ ਅਜਮਾ ਕੇ, ਵੇਖ ਲਵੋ ਅਜਮਾ ਕੇ। ਗੁਰੂ ਨਾਨਕ ਯਾਰ ਗਰੀਬਾਂ ਦਾ, ਮਲਕ ਭਾਗੋ ਦੇ ਛੱਡ ਕੇ ਪੂੜੇ ਬਹਿ ਗਿਆ ਲਾਲੋ ਦੇ ਘਰ ਆ ਕੇ। ਗੁਰੂ ਨਾਨਕ ਯਾਰ ਗਰੀਬਾਂ ਦਾ ਵੇਖ ਲਵੋ ਅਜਮਾ ਕੇ, ਅਜਮਾ। ਮਹਾਰਾਜ ਤੇ ਗਰੀਬਾਂ ਦੇ ਯਾਰ ਹੈ। ਹੁਣ ਸਾਧ ਸਿੰਘ ਜੀ, ਤੀਜੀ ਦਫ਼ਾ ਫਿਰ ਹੁਣ ਲੋਕਾਂ ਦੇ ਬੜਾ ਗਿਆ, ਕਿਸੇ ਨੇ ਨਾ ਇਹਦੀ ਸੁਣੀ। ਮੁੜ ਆਇਆ ਕਹਿੰਦਾ ਭਾਗਵਾਨ ਨੇ, ਕੋਈ ਨਹੀਂ ਪੁੱਛਦਾ, ਕਿਸੇ ਨੇ ਵੀ ਕੁਛ ਨਹੀਂ ਦਿੱਤਾ, ਹੁਣ ਕਿੱਦਾਂ ਕਰੀਏ। ਘਰ ਵਾਲੀ ਨੇ ਕੇਸ ਪੱਟਣੇ ਸ਼ੁਰੂ ਕਰਤੇ, ਆਪਣੇ ਕੇਸ ਦੋਵੇਂ ਹੱਥਾਂ ਨਾਲ ਕੇਸ ਪੱਟਦੀ। ਕੀ ਹੋ ਗਿਆ, ਪਾਗਲ ਹੋ ਗਈ, ਕੇਸ ਕਿਉਂ ਪੱਟਦੀ? ਕਹਿੰਦੀ ਜਰਾ ਠਹਿਰ। ਕੇਸ ਪੱਟੇ, ਕੇਸ ਪੱਟ ਕੇ ਨਾ ਉਹਨੇ ਇੱਕ ਮਾਲਾ ਬਣਾਈ, ਸਹੇਲੀ ਮਾਲਾ। ਹੁਨਰ ਸੀ ਹੱਥਾਂ ਵਿੱਚ, ਕਿਸੇ ਕਿਸੇ ਹੱਥ ਵਿੱਚ ਇੰਨੀ ਬਰਕਤ ਹੁੰਦੀ ਹੈ, ਜਿਹੜਾ ਵੀ ਕਿਸੇ ਵੀ ਕੰਮ ਨੂੰ ਹੱਥ ਪਾਉਣਗੇ ਨਾ ਉਹ ਕੰਮ ਹੋ ਜਾਂਦਾ। ਕਈ ਵਿਚਾਰੇ ਇਹੋ ਜਿਹੇ ਹੁੰਦੇ ਨੇ ਜਿਹੜੇ ਪੁਲ ਦਾ ਨੀਂਹ 'ਤੇ ਰੱਖ ਜਾਣਗੇ, ਪੁਲ 'ਤੇ ਇੱਕ ਪਾਸੇ ਉਹਨਾਂ ਦਾ ਨੀਂਹ ਪੱਥਰ ਵੀ ਕਿਧਰੇ ਹੀ ਉੱਡ ਅੱਡ ਜਾਂਦਾ, ਬਣਦਾ ਹੀ ਕੱਖ ਨਹੀਂ। ਨੀਂਹ 'ਤੇ ਰੱਖ ਗਏ, ਉਹ ਜਿਹੜਾ ਨੀਂਹ ਪੱਥਰ ਹੀ ਉੱਡ ਜਾਂਦਾ ਪੁਲ 'ਤੇ, ਬੰਨਾ ਹੀ ਕਿਤੇ ਕੀ, ਕਿਉਂਕਿ ਉਹਨਾਂ ਹੱਥਾਂ 'ਚ ਬਰਕਤ ਨਹੀਂ ਹੁੰਦੀ। ਜਿਹੜੇ ਹੱਥਾਂ 'ਚ ਬਰਕਤ ਹੋਵੇ ਨਾ, ਉਹ ਤੇ ਗੁਰਮੁਖੋ ਜੰਗਲਾਂ ਦੇ ਵਿੱਚ ਵੀ ਜਾ ਕੇ ਨੀਂਹ ਰੱਖ ਦੇਣ, ਉੱਥੇ ਵੀ ਭਾਗ ਲਾ ਦੇਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਹੱਥ 'ਚ ਬਰਕਤ ਹੈ, ਪਰ ਬਰਕਤ ਆਊ ਕਿਵੇਂ? ਭਾਂਡੇ ਮਾਂਝ ਕੇ ਆਉਣੀ ਹੈ। ਬੱਕਰਿਆਂ ਦੇ, ਉਹ ਮੁਰਗੀਆਂ ਦੇ ਗਲ ਮਰੋੜ ਕੇ ਬਰਕਤ ਨਹੀਂ ਆਉਂਦੀ ਹੱਥਾਂ 'ਚ। ਭਾਂਡੇ ਜਿੰਨੇ ਮਾਂਜੇਗਾ ਓਨੇ ਹੀ ਤੇਰੇ ਹੱਥ ਪਵਿੱਤਰ ਹੋਣਗੇ। ਜਿਹੜੀ ਚੀਜ਼ ਨੂੰ ਹੱਥ ਲਾਏਗਾ ਮਿੱਟੀ ਵੀ ਸੋਨਾ ਬਣ ਜੂ, ਮਿੱਟੀ ਵੀ ਸੋਨਾ ਬਣ ਜੂ, ਜੇ ਸਾਧ ਸੰਗਤ ਜੀ ਹੱਥਾਂ ਨਾਲ ਸੇਵਾ ਕੀਤੀ ਹੋਏ। ਪਰ ਜੇ ਸੇਵਾ ਨਹੀਂ ਫਿਰ ਕੱਖ ਵੀ ਨਹੀਂ, ਫਿਰ ਕਾਹਦੀ ਬਰਕਤ? ਉੱਥੇ ਬਰਕਤ ਸੇਵਾ ਨਾਲ ਹੋਏਗੀ। ਵੇਖੋ ਕਰਕੇ ਸੇਵਾ, ਕੋਈ ਨਾ ਕੋਈ ਮਹਾਰਾਜ ਫਿਰ ਹੀਲਾ ਕਰਦੇ ਆ, ਆਪਣੇ ਆਪ ਰਾਹ ਬਣਾ ਦੇਣਗੇ ਕੋਈ ਨਾ ਕੋਈ। ਹੁਣ ਇਹ ਜਦੋਂ ਆਇਆ ਘਰ ਵਾਲੀ ਨੇ ਕੇਸ ਪੱਟਣੇ ਸ਼ੁਰੂ ਕਰਤੇ, ਹੱਥਾਂ ਦੇ ਹੁਨਰ ਨਾਲ ਇੱਕ ਬੜੀ ਸੁੰਦਰ ਮਾਲਾ ਬਣਾ ਦਿੱਤੀ ਵਾਲਾਂ ਦੀ। ਕੇਸਾਂ ਦੀ ਮਾਲਾ ਬਹੁਤ ਸੋਹਣੀ ਲੱਗਦੀ ਹੈ, ਇੰਨੀ ਸੁੰਦਰ ਮਾਲਾ। ਸਿਰ ਚੋਂ ਖੂਨ ਚੱਲਦਾ, ਕੋਈ ਪਰਵਾਹ ਨਹੀਂ, ਕੱਪੜਾ ਬੰਨ ਲਿਆ ਕੱਸ ਕੇ। ਕਹਿੰਦੀ ਲੈ ਇੰਜ ਕਰ, ਆ ਕੇਸਾਂ ਦੀ ਮਾਲਾ ਵੇਚ ਆ, ਇਹਨੂੰ ਖਰੀਦੇਗਾ ਤੇ ਜਿਹੜਾ ਫੇਰਨ ਵਾਲਾ ਸਾਧੂ ਉਹੀ ਮਾਲਾ ਖਰੀਦਦਾ, ਹੋਰ ਕਿਸੇ ਨੇ ਕੀ ਕਰਨੀ ਹੈ। ਇਹ ਮਾਲਾ ਕੋਈ ਸਾਧੂ ਖਰੀਦ ਲੂ, ਇਹ ਵੇਚਿਆ ਲੈ, ਇਹਦੇ ਨਾਲ ਜਿਹੜਾ ਆਏਗਾ ਮਾੜਾ ਮੋਟਾ ਉਹੋ ਜਿਹੀ ਛਕਾ ਦਿਆਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੋ ਜਿਹਾ ਹੋਏਗਾ ਛਕਾ ਦਾਂਗੇ, ਲੈ ਜਾ। ਉਹ ਲੈ ਕੇ ਨਾ ਮਾਲਾ ਗੁਰਸਿੱਖ ਤੁਰ ਪਿਆ। ਜਦੋਂ ਮਾਲਾ ਲੈ ਕੇ ਤੁਰਿਆ, ਇੱਧਰ ਗੁਰੂ ਨਾਨਕ ਸਾਹਿਬ ਬੈਠੇ ਨੇ ਧਰਮਸ਼ਾਲਾ 'ਚ। ਕਹਿੰਦੇ ਲੈ ਉਹ ਮੇਰਾ ਪਿਆਰਾ ਲੈ ਕੇ ਮਾਲਾ ਤੁਰ ਪਿਆ,
ਕੀ ਪਤਾ ਕਿਹੋ ਜਿਹੇ ਬੰਦੇ ਦੇ ਹੱਥ ਲੱਗਣੀ ਹੈ ਮਾਲਾ, ਕਿਤੇ ਚਾਰ ਕੁ ਦਿਨ ਫੇਰ ਕੇ ਸਿੱਟ ਹੀ ਨਾ ਦੇਵੇ, ਬੇਅਦਬੀ ਨਾ ਹੋ ਜਾਵੇ ਮਾਲਾ ਦੀ। ਦੂਜੇ ਪਾਸੇ ਸਾਧੂ ਦਾ ਰੂਪ ਧਾਰ ਲਿਆ ਮਹਾਰਾਜ ਨੇ, ਇੱਕ ਪਾਸੇ ਧਰਮਸ਼ਾਲਾ, ਦੂਜੇ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ। ਕਈ ਕਹਿੰਦੇ ਕਰਾਮਾਤ ਹੈ ਜੀ, ਐਂ ਆ ਉਹ ਹੈ, ਬੜਾ ਕੁਝ ਬੋਲਦੇ ਨੇ, ਪਰ ਗੁਰਮੁਖੋ ਜਿਹੜੇ ਗੁਰੂ ਨਾਨਕ ਸਾਹਿਬ ਤੇ ਸ਼ਰਧਾ ਰੱਖਦੇ ਨੇ ਉਹ ਨਹੀਂ ਕਹਿੰਦੇ, ਜਿਹੜੇ ਆਪਣੇ ਵਰਗੇ ਹੀ ਸਮਝਦੇ ਨੇ ਸਤਿਗੁਰਾਂ ਨੂੰ ਉਹ ਕਹਿੰਦੇ ਨੇ ਆਪਣੇ ਵਰਗਾ। ਮਹਾਰਾਜ ਉੱਥੇ ਆਪ ਰੱਬ ਸਨ, ਸਾਧੂ ਦਾ ਰੂਪ ਧਾਰ ਕੇ ਅੱਗੇ ਆ ਖੜੇ। ਹਾਂ ਬਈ ਮਾਲਾ ਵੇਚਣੀ ਹੈ, ਹਾਂ ਮਹਾਰਾਜ ਵੇਚਣੀ ਹੈ, ਲਓ ਜੀ ਇਹਦੇ ਕਿੰਨੇ ਪੈਸੇ ਦਈਏ? ਮੇਰੇ ਘਰ ਗੁਰੂ ਨਾਨਕ ਨੇ ਆਉਣਾ ਹੈ, ਮੇਰੇ ਘਰ ਗੁਰੂ ਨਾਨਕ ਨੇ ਆਉਣਾ ਹੈ, ਤੇ ਮੈਨੂੰ ਰਾਸ਼ਨ ਦਵਾ ਦਿਓ, ਥੋੜ੍ਹਾ ਜਿਹਾ ਪ੍ਰਸ਼ਾਦਾ ਤਿਆਰ ਕਰਨਾ ਹੈ। ਸਾਹਮਣੇ ਗੁਰੂ ਨਾਨਕ ਸਾਹਿਬ ਹੀ ਖੜੇ ਨੇ, ਰਾਸ਼ਨ ਦਵਾ ਤਾ, ਲੈ ਜਾ ਪੰਸਾਰੀ ਦੀ ਦੁਕਾਨ ਤੋਂ ਸਮਾਨ ਦਵਾ ਤਾ ਸਿੱਧਾ, ਥੋੜ੍ਹਾ ਜਿਹਾ ਲੈ ਜਾ ਭਾਈ। ਉਹ ਮਾਲਾ ਦਾ ਕੀ ਕੀਤਾ? ਫੇਰ ਲਈ? ਨਹੀਂ ਨਹੀਂ, ਉਹ ਮਾਲਾ ਗੁਰੂ ਨਾਨਕ ਸਾਹਿਬ ਨੇ ਆਪਣੀ ਦਸਤਾਰ ਦੇ ਉੱਤੇ ਸਜਾਈ, ਜੂੜੇ ਤੇ। ਅੱਜ ਵੀ ਸਰੂਪ ਵੇਖੋ ਗੁਰੂ ਨਾਨਕ ਸਾਹਿਬ ਦੀ, ਫੋਟੋ ਜਿਹੜੀ ਮਰਜ਼ੀ ਵੇਖ ਲਓ, ਉਹਦੇ ਉੱਤੇ ਇੱਕ ਜ਼ਰੂਰ ਦਸਤਾਰ ਤੇ ਮਾਲਾ ਸਜਾਉਣਗੇ। ਉਹ ਸਿੱਖ ਬੀਬੀ ਦੇ ਕੇਸਾਂ ਦੀ ਮਾਲਾ ਸੀ, ਮਹਾਰਾਜ ਨੇ ਜਿੰਨਾ ਚਿਰ ਸਰੀਰ ਰਿਹਾ ਨਾ ਉਹ ਮਾਲਾ ਦਸਤਾਰ ਤੇ ਹੀ ਸਜਾ ਕੇ ਰੱਖੀ। ਉਹ ਕੇਸਾਂ ਦਾ ਇੰਨਾ ਸਤਿਕਾਰ ਗੁਰੂ ਨਾਨਕ ਸਾਹਿਬ ਕਰਦੇ ਸੀ। ਅੱਜ ਵੀਰ ਭਰਾਵਾਂ ਨੂੰ ਕਹੀਦਾ ਕੇਸ ਰੱਖ ਲਓ, ਕਹਿੰਦੇ ਨਾ ਜੀ। ਕਈ ਤਾਂ ਕਹਿਣਗੇ ਬਾਹਰ ਨੂੰ ਜਾਣਾ ਜੀ, ਬਾਹਰ ਵਿੱਚ ਡਿੱਚਣ ਪਾਉਂਦੇ ਨੇ ਕੇਸ। ਕਈ ਕਹਿੰਦੇ ਮੈਂ ਨੌਕਰੀ ਕਰਦਾ, ਮੈਂ ਸਰਵਿਸ ਕਰਦਾ। ਨਹੀਂ ਭਾਈ, ਇਹ ਕੇਸ ਗੁਰੂ ਕੀ ਮੋਹਰ ਹਨ, ਮੋਹਰ ਤੋਂ ਬਿਨਾਂ ਪੈਸਾ ਕਿਸੇ ਵੀ ਕੰਮ ਦਾ ਨਹੀਂ, ਮੋਹਰ ਤੋਂ ਬਿਨਾਂ ਨੋਟ ਕਿਸੇ ਕੰਮ ਦਾ ਨਹੀਂ, ਕੇਸਾਂ ਤੋਂ ਬਿਨਾਂ ਹੁਣ ਸਿੱਖ ਵੀ ਕਿਸੇ ਕੰਮ ਦਾ ਨਹੀਂ। ਬੇਨਤੀ ਪ੍ਰਵਾਨ ਕਰਿਓ ਭਰਾਵੋ, ਪਹਿਲਾਂ ਗਲਤੀ ਹੋ ਗਈ ਹੋ ਗਈ, ਅੱਗੇ ਤੋਂ ਸਿਆਣੇ ਬਣ ਜਾਓ, ਕੇਸ ਰੱਖੋ, ਦਾੜੀਆਂ ਕੇਸ ਰੱਖ ਲਓ। ਭਾਵੇਂ ਹੁਣ ਕਈ ਕਹਿੰਦੇ ਲਓ ਜੀ ਅੱਧੇ ਕੁ ਤਾਂ ਰੱਖੀ ਹੈ, ਅੱਧੀ ਕੁ ਦਾੜੀ ਰੱਖਦੇ ਨੇ ਕਈ, ਬਸ ਚੱਪੇ ਕੁ ਦੀ ਦਾੜੀ ਰੱਖ ਲਈ ਬਾਕੀ ਘਟਾ ਦਿੱਤੀ ਥੱਲਿਓਂ ਥੱਲਿਓਂ, ਇਹ ਵੀ ਕੰਮ ਨਹੀਂ ਕਰਨਾ ਕੇਸਾਂ ਨੂੰ, ਕਿਉਂਕਿ ਸਾਬਤ ਸੂਰਤ ਰੱਬ ਦੀ ਭੰਨੈ ਬੇਈਮਾਨ, ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ, ਇਹਨਾਂ ਦੀ ਬੇਅਦਬੀ ਨਹੀਂ ਕਰਨੀ। ਇਹ ਸਦਾ ਧਿਆਨ ਰੱਖਿਓ ਭਾਈ, ਕੇਸ ਜਿਹੜੇ ਨੇ ਗੁਰੂ ਕੀ ਮੋਹਰ ਨੇ, ਕੇਸਾਂ ਨੂੰ ਸੰਭਾਲ ਕੇ ਰੱਖਣਾ। ਮਹਾਰਾਜ ਨੇ ਕੇਸਾਂ ਦੀ ਮਾਲਾ ਦਸਤਾਰ ਤੇ ਸਜਾਈ ਸੀ, ਇੰਨਾ ਸਤਿਕਾਰ ਗੁਰੂ ਨਾਨਕ ਸਾਹਿਬ ਨੇ ਕੀਤਾ ਕੇਸਾਂ ਦਾ, ਯਾਦ ਰੱਖਣਾ ਸਰ। ਹੁਣ ਜ਼ਰਾ ਧਿਆਨ ਦਿਓ, ਉਹ ਮਾਲਾ ਸਜਾਈ, ਉਹ ਲੈ ਕੇ ਰਾਸ਼ਨ ਘਰ ਆ ਗਿਆ, ਚਾਹ ਚੜ੍ਹਿਆ ਫਿਰਦਾ। ਹੁਣ ਬੀਬੀ ਨੂੰ ਕਹਿੰਦਾ ਲੈ ਭਾਈ ਸਮਾਨ ਲਿਆਇਆ, ਤਿਆਰ ਕਰਦੇ ਪ੍ਰਸ਼ਾਦਾ, ਮਹਾਰਾਜ ਆਉਣ ਵਾਲੇ ਨੇ, ਪ੍ਰਸ਼ਾਦਾ ਲੱਗ ਪਈ ਤਿਆਰ ਕਰਨ। ਪਰਚੇ ਤੇ ਗਈ, ਗੁਰੂ ਨਾਨਕ ਨੇ ਬੜੇ ਪਾਏ, ਹੋਰ ਵੀ ਕਰੜਾ ਪਾਤਾ ਇੱਕ ਪਰਖਣ ਵਾਸਤੇ, ਪੇਪਰ ਬਹੁਤ ਹੋਏ, ਪਹਿਲਾ ਵੀ ਹੋਇਆ ਦੂਜਾ ਵੀ ਹੋਇਆ, ਆ ਇੱਕ ਹੋਰ ਕਰੜਾ ਪਰਚਾ ਪਾਤਾ। ਉਹ ਰਾਸ਼ਨ ਰੱਖ ਕੇ ਬਾਹਰ ਚਲਿਆ ਗਿਆ, ਬੀਬੀ ਲੱਗ ਪਈ ਪ੍ਰਸ਼ਾਦਾ ਪਕਾਉਣ, ਸਬਜ਼ੀ ਧਰਤੀ ਚੁੱਲ੍ਹੇ ਤੇ, ਦਾਲ ਧਰੀ ਹੈ। ਉਹ ਬੀਬੀ ਗਈ ਅੰਦਰ ਆਟਾ ਛਾਨਣ ਵਾਸਤੇ, ਢਾਈ ਕੁ ਸਾਲ ਦਾ ਬੱਚਾ ਸੀ, ਥੋੜ੍ਹਾ ਥੋੜ੍ਹਾ ਤੁਰਨ ਜਾਣਦਾ, ਤੁਰਦਾ ਤੁਰਦਾ ਜਦੋਂ ਚੁੱਲ੍ਹੇ ਕੋਲ ਪਹੁੰਚਿਆ, ਚੁੱਲ੍ਹੇ ਕੋਲ ਡੁੱਲਿਆ ਸੀ ਪਾਣੀ, ਪਾਣੀ 'ਚ ਪੈਰ ਤਿਲਕ ਗਿਆ, ਅੱਗ ਦੇ ਵਿੱਚ ਡਿੱਗ ਗਿਆ, ਅੱਗ 'ਚ ਡਿੱਗਿਆ। ਬੀਬੀ ਦੇ ਬਾਹਰ ਆਉਂਦਿਆਂ ਆਉਂਦਿਆਂ ਜਾਨ ਨਿਕਲ ਗਈ ਆ, ਖੁਸ਼
ਸ੍ਰੀ ਵਾਹਿਗੁਰੂ। ਜਦੋਂ ਤੱਕ ਬੀਬੀ ਛਾਣ ਕੇ ਆਈ ਨਾ ਆਟਾ ਬਾਹਰ, ਆਉਂਦਿਆਂ ਨੂੰ ਜਾਨ ਨਿਕਲ ਗਈ, ਹੱਦ ਹੋ ਗਈ। ਇੱਥੇ ਚੰਗਾ ਭਲਾ ਛੱਡਿਆ ਸੀ, ਬੜਾ ਕੱਪੜਾ ਪਾਇਆ ਉੱਤੇ, ਪਰ ਵੇਖਿਆ ਨਬਜ਼ਾਂ ਫੜੀਆਂ ਵੀ ਜਾਨ 'ਤੇ ਨਿਕਲ ਗਈ ਇਹਦੀ। ਇੱਕ ਵਾਰੀ ਤਾਂ ਲੱਗੀ ਧਾ ਮਾਰਨ, ਫਿਰ ਸੋਚਿਆ ਮਨਾ ਜੇ ਮੈਂ ਰੋਣ ਲੱਗ ਪਈ ਨਾ ਤਾਂ ਲੋਕਾਂ ਨੇ ਗੁਰੂ ਨਾਨਕ ਨੂੰ ਦੱਸ ਦੇਣਾ, ਮਹਾਰਾਜ ਅੱਜ ਪ੍ਰਸ਼ਾਦਾ ਛਕੰਨਾ ਜਾਇਓ, ਉੱਥੇ ਤਾਂ ਮੌਤ ਹੋ ਗਈ, ਉਹ ਸਾਡੇ ਘਰ ਗੁਰੂ ਨਾਨਕ ਨਹੀਂ ਆਉਣਗੇ। ਉਹ ਮਨਾ ਰੋਣਾ ਨਹੀਂ, ਗੁਰੂ ਨਾਨਕ ਸਾਹਿਬ ਆ ਜਾਣ, ਕੋਈ ਗੱਲ ਨਹੀਂ। ਆਖੋ ਸਤਨਾ ਸ੍ਰੀ ਵਾਹਿਗੁਰੂ। ਦਿਲ 'ਤੇ ਪੱਥਰ ਰੱਖ ਲਿਆ, ਮਾਂ ਹੋਵੇ ਤਾਂ ਰੋਵੇ ਨਾ। ਢਾਈ ਸਾਲਾਂ ਦਾ ਇੱਕੋ ਇੱਕ ਪੁੱਤਰ ਮਰ ਜਾਏ ਤਾਂ ਮਾਂ ਰੋਵੇ ਨਾ। ਇੱਥੇ ਤਾਂ ਮੈਂ ਬੜੀਆਂ ਮਾਵਾਂ ਇਹੋ ਜਿਹੀਆਂ ਵੀ ਵੇਖੀਆਂ ਨੇ ਜਿਨ੍ਹਾਂ ਦਾ ਪੁੱਤਰ 20 ਸਾਲ ਪਹਿਲਾਂ ਗਿਆ ਦੁਨੀਆਂ 'ਚ, ਪਰ ਜਦੋਂ ਦੂਜੀ ਮਾਂ ਨੂੰ ਪਾਣੀ ਵਾਰਦੀਆਂ ਵੇਖਦੀਆਂ ਨੇ ਨਾ ਤੇ ਯਾਦ ਆਉਂਦੀ ਹੈ ਜੇ ਮੇਰਾ ਹੁੰਦਾ ਤੇ ਅੱਜ ਉਹ ਵੀ ਇਸ ਤਰ੍ਹਾਂ ਹੀ ਮੈਂ ਪਾਣੀ ਵਾਰਦੀ। ਮਾਂ ਨੂੰ ਯਾਦ ਆਉਂਦੀ, ਕਦੇ ਨਹੀਂ ਭੁੱਲ ਸਕਦੀ ਆਪਣੇ ਬੱਚੇ। ਆਪਾਂ ਭੁੱਲ ਸਕਦੇ ਹਾਂ ਕਿਤੇ ਆਪਣੇ ਬੱਚਿਆਂ ਨੂੰ? ਜੇ ਬਾਪੂ ਚਲਿਆ ਗਿਆ ਹੋਵੇ, 20 ਸਾਲ ਹੋ ਗਏ ਹੁਣ ਬਾਪੂ ਮਰੇ ਨੂੰ, 5 ਸਾਲ 10 ਸਾਲ ਹੋ ਗਏ ਹੁਣ, ਜਦੋਂ ਕਿਤੇ ਕਹਿੰਦਾ ਨਾ ਗ੍ਰੰਥੀ ਸਿੰਘ ਪੱਲਾ ਫੜਾਵੇ ਬਾਪੂ ਉੱਠ ਕੇ ਧੀ ਦਾ, ਫਿਰ ਪਿਓ ਗਿਆ ਹੋਵੇ ਤੇ ਫਿਰ ਪਿਓ ਦੀ ਯਾਦ ਆਉਂਦੀ ਹੈ। ਜੇ ਅੱਜ ਹੁੰਦਾ ਤੇ ਪਿਤਾ ਪੱਲਾ ਫੜਾਉਂਦਾ, ਯਾਦ ਆਉਂਦੀ। ਤੇ ਨਾ ਰੱਬ ਕਰੇ ਕਿਸੇ ਦੀ ਮਾਂ ਚਲੀ ਜਾਵੇ ਤੇ ਸਾਧ ਸੰਗਤ ਜੀ ਜਦੋਂ ਪਾਣੀ ਵਾਰਨ ਦੀ ਵਾਰੀ ਆਵੇ, ਗਾਂ ਮਾਂ ਦੀ ਥਾਂ ਤੇ ਚਾਚੀ ਦੇ ਹੱਥ ਵਿੱਚ ਗੜਵੀ ਫੜੀ ਹੋਵੇ, ਫਿਰ ਆਪਣੀ ਵਿਛੜੀ ਮਾਂ ਯਾਦ ਆਉਂਦੀ। ਜੇ ਮਾਂ ਹੁੰਦੀ ਤੇ ਮਾਂ ਪਾਣੀ, ਵਿਛੜਿਆ ਕੋਈ ਭੁੱਲ ਸਕਦਾ? ਕਦੇ ਨਹੀਂ ਭੁੱਲ ਸਕਦਾ। ਕਈ ਕਈ ਸਾਲ ਲੰਘ ਜਾਂਦੇ ਨੇ, ਜਿਹੜਾ ਵਿਛੜ ਗਿਆ ਉਹਦੀ ਯਾਦ ਸਦਾ ਸਤਾਉਂਦੀ ਰਹਿੰਦੀ ਹੈ, ਕਦੇ ਨਹੀਂ ਭੁੱਲਦਾ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ, ਕਿਸੇ ਦੀ ਮਾਂ ਵਿਧਵਾ ਨਾ ਹੋਵੇ, ਹੋਵੇ ਨਾ ਅਨਾਥ ਜਗ ਤੇ। ਮੈਂ ਖੁਦ ਅਨਾਥ ਹੋ ਜਾਵਾਂ, ਗੁਰੂ ਤੇਗ ਬਹਾਦਰ ਮਹਾਰਾਜ ਹਿੰਦੂਆਂ ਦੇ ਬੱਚੇ ਅਨਾਥ ਨਾ ਹੁਣ, ਤੁਸੀਂ ਸੀਸ ਦਾ ਬਲੀਦਾਨ ਦੇ ਦਿਓ। ਕਿਸੇ ਦੀਆਂ ਮਾਵਾਂ ਹਿੰਦੂਆਂ ਦੀਆਂ ਮਾਵਾਂ ਵਿਧਵਾ ਨਾ ਹੋਣ, ਮਹਾਰਾਜ ਮੇਰੀ ਮਾਂ ਗੁਜਰੀ ਵਿਧਵਾ ਹੁੰਦੀ ਹੈ ਤੇ ਹੋ ਜਾਵੇ। ਅਸੀਂ ਨਹੀਂ ਯਾਦ ਕਰਦੇ ਸਤਿਗੁਰਾਂ ਦੇ ਫਾਰੇ ਪੁਕਾਰ। ਉਹ ਬੀਬੀ ਦਾ ਇੱਕੋ ਇੱਕ ਪੁੱਤਰ ਹੈ, ਕਹਿੰਦੀ ਗੁਰੂ ਨਾਨਕ ਮੇਰੇ ਘਰ ਆ ਜਾਵੇ, ਪੁੱਤਰ ਮਰ ਗਿਆ ਤੇ ਰੋਣਾ ਨਹੀਂ, ਕਹਿੰਦੀ ਕੋਈ ਗੱਲ ਨਹੀਂ। ਦਿਲ ਤੇ ਪੱਥਰ ਰੱਖਿਆ, ਸਿੱਖ ਆ ਗਿਆ ਬਾਹਰੋਂ, ਕਹਿੰਦੀ ਤੈਨੂੰ ਪਤਾ ਹੈ ਆਪਣਾ ਪੁੱਤਰ ਸੀ ਜਿਹੜਾ ਛੋਟਾ ਜਿਹਾ, ਕਹਿੰਦਾ ਕਿੱਥੇ ਹੈ? ਕਹਿੰਦੀ ਤੈਨੂੰ ਮੈਂ ਦੱਸਾਂਗੀ, ਦਿਲ ਕਰੜਾ ਕਰ ਲੈ ਥੋੜ੍ਹਾ ਜਿਹਾ, ਪਹਿਲਾਂ ਪਰਚਾ ਪੈ ਗਿਆ ਆਪਣੇ ਤੇ ਅੱਗੇ ਨਾਲੋਂ ਵੀ ਕਰੜਾ। ਕੀ ਪਰਚਾ ਪੈ ਗਿਆ? ਕਹਿੰਦੀ ਆ ਵੇਖ, ਮੈਂ ਅੰਦਰ ਆਟਾ ਛਾਨਣ ਚਲੀ ਗਈ, ਮੇਰੇ ਆਉਂਦਿਆਂ ਨੂੰ ਅੱਗ 'ਚ ਡਿੱਗ ਕੇ ਮਰ ਗਿਆ, ਜਾਨ ਨਿਕਲ ਗਈ, ਵੇਖੀ ਕਿਤੇ ਰੋਣ ਨਾ ਲੱਗ ਪਈ, ਗੁਰੂ ਨਾਨਕ ਆਪਣੇ ਘਰ ਪ੍ਰਸ਼ਾਦਾ ਛਕਣ ਨਹੀਂ ਆਉਣਗੇ। ਕਹਿੰਦਾ ਭਾਗਵਾਨ ਨੇ ਤੂੰ ਮਨ ਕਰੜਾ ਰੱਖ, ਮੇਰਾ ਮਨ ਤੇ ਕਰੜਾ ਹੀ ਹੈ। ਬੱਚੇ ਦੇ ਉੱਪਰੋਂ ਕੱਪੜਾ ਚੁੱਕ ਕੇ ਵੇਖਿਆ ਤੇ ਲਾਸ਼ ਸਾਹਮਣੇ ਪਈ ਹੋਵੇ ਤੇ ਪਿਓ ਰੋਵੇ ਨਾ, ਮਾਂ ਰੋਵੇ ਨਾ, ਇਹ ਕਿਵੇਂ ਹੋ ਸਕਦਾ ਹੈ? ਇਹ ਜਿਨ੍ਹਾਂ ਨੂੰ ਬਾਣੀ ਨਾਲ ਪਿਆਰ ਹੈ, ਗੁਰੂ ਨਾਲ ਪਿਆਰ ਹੈ, ਉਹ ਨਹੀਂ ਰੋਂਦੇ ਕਦੇ। ਉਹਨਾਂ ਨੂੰ ਪਤਾ ਹੈ
ਇਹ ਉਹਦਾ ਹੁਕਮ ਹੈ। ਜਾਣਾ ਇੱਕ ਦਿਨ ਸਭ ਨੇ, ਵਿਛੜਨਾ ਹੀ ਹੈ, ਰੋ ਕੇ ਕਿਹੜਾ ਉਹਨੇ ਮੋੜਾਉਣਾ। ਹੁਣ ਸਾਧ ਸੰਗਤ ਜੀ ਮਹਾਰਾਜ ਫੇਰ ਆਏ, ਦੋਵੇਂ ਪਤੀ ਪਤਨੀ ਕੋਈ ਫਿਕਰ ਨਹੀਂ, ਚਿਹਰੇ ਤੋਂ ਇੰਜ ਲੱਗਦਾ ਵੀ ਇਹਨਾਂ ਦੇ ਘਰ 'ਤੇ ਕੁਛ ਹੋਇਆ ਹੀ ਨਹੀਂ, ਲਾਸ਼ ਘਰ ਪਈ ਹੈ। ਕਹਿੰਦੇ ਬਾਅਦ 'ਚ ਮਿੱਟੀ 'ਚ ਦੱਬ ਦਿਆਂਗੇ, ਨਿੱਕੇ ਨਿੱਕੇ ਬੱਚਿਆਂ ਨੂੰ ਦੱਬ ਦਿੰਦੇ, ਨਫਨਾ ਦਿੰਦੇ ਨੇ, ਸੰਸਕਾਰ 8-10 ਸਾਲ ਦੀ ਉਮਰ ਤੋਂ ਬਾਅਦ ਕਰਦੇ, ਨਿੱਕਾ ਬੱਚਾ ਹੋਵੇ ਧਰਤੀ 'ਚ ਨੱਪ ਦਿੰਦੇ ਟੋਇਆ ਪੁੱਟ ਕੇ। ਉਹ ਕਹਿੰਦੇ ਆਪਾਂ ਸੰਸਕਾਰ ਬਾਅਦ 'ਚ ਕਰਾਂਗੇ, ਦੱਬ ਦਿਆਂਗੇ ਭਾਵੇਂ, ਅਤੇ ਆਪਾਂ ਪਹਿਲਾਂ ਪ੍ਰਸ਼ਾਦਾ ਛਕਾ ਲਈਏ, ਮਹਾਰਾਜ ਖੁਸ਼ ਖੁਸ਼ ਮੁੜ ਜਾਣਾ ਆਪਣੇ ਘਰੋਂ, ਮਹਾਰਾਜ ਦੀ ਖੁਸ਼ੀ ਚਾਹੀਦੀ ਹੈ, ਬਸ ਖੁਸ਼ੀ ਮਹਾਰਾਜ ਦੀ ਮਿਲ ਗਈ ਤਾਂ ਸਭ ਕੁਛ ਹੀ ਮਿਲ ਗਿਆ, ਕੋਈ ਗੱਲ ਨਹੀਂ। ਸਾਧ ਸੰਗਤ ਜੀ ਪ੍ਰਸ਼ਾਦਾ ਲੱਗ ਪਏ ਛਕਾਉਣ, ਉਵੇਂ ਜਿਵੇਂ ਅੱਜ ਫੇਰ ਗਾਉਂਦੇ ਨੇ, ਮੇਰੇ ਘਰ ਗੁਰੂ ਨਾਨਕ ਆਏ ਚੱਲ ਆਈਆਂ ਨਾਲ ਬੁਹਾਰ, ਗੁਰੂ ਨਾਨਕ ਆਏ ਆਈਆਂ ਨਾਲ ਬੁਹਾਰ, ਗੁਰੂ ਨਾਨਕ ਆਏ ਚੱਲ ਆਈਆਂ ਨਾਲ ਬੁਹਾਰ, ਗੁਰੂ ਨਾਨਕ ਆਏ ਚੱਲ ਆਈਆਂ ਨਾਲ ਬੁਹਾਰ, ਗੁਰੂ ਨਾਨਕ ਆਏ ਚੱਲ ਆਈਆਂ ਨਾਲ ਬੁਹਾਰ, ਗੁਰੂ ਨਾਨਕ ਆਏ ਆਇਆ ਨਾਲ ਬੁਹਾਰਾ।
ਗੁਰੂ ਨਾਨਕ ਆਏ। ਚੱਲ ਆਈਆਂ ਨਾਲ ਬਹਾਰ, ਬਹਾਰ ਗਰੀਬ ਵਾਸਤੇ ਤੇ ਬਹਾਰ ਵੀ ਕਾਹਦੀ ਹੈ, ਬਹਾਰਾਂ ਆਉਂਦੀਆਂ ਨੇ ਅਮੀਰਾਂ ਵਾਸਤੇ। ਹੁਣ ਆਪਾਂ ਕਈ ਕਹਿੰਦੇ ਸਰਦੀ ਆ ਜੇ ਛੇਤੀ ਬੜੀ ਗਰਮੀ ਲੱਗਦੀ ਹੈ, ਗਰੀਬ ਕਹਿੰਦਾ ਠੀਕ ਹੈ ਜਿੱਥੇ ਹੈ ਕੰਮ ਕਰਨਾ ਪੈਣਾ, ਠੰਡ ਤੰਗ ਕਰਦੀ ਹੈ, ਰਜਾਈਆਂ ਨਹੀਂ ਠੰਡ ਉਦੋਂ ਵੱਧ ਤੰਗ ਕਰੂ, ਹੁਣ ਤੇ ਮੱਛਰ ਹੀ ਵੱਢਦਾ ਕੋਈ ਨਹੀਂ, ਪਰ ਇਹ ਗਰਮੀ ਵੀ ਗਰੀਬ ਵਾਸਤੇ ਹੀ ਹੈ ਤੇ ਸਰਦੀ ਵੀ ਗਰੀਬ ਵਾਸਤੇ। ਪਰ ਜਿਹਨਾਂ ਦੇ ਅੰਦਰ ਪਿਆਰ ਹੈ ਉਹ ਭਿੱਜੇ ਹੋਏ ਨੂੰ ਕਹਿੰਦੇ ਕੋਈ ਗੱਲ ਨਹੀਂ, ਆਨੰਦ ਹੀ ਆਨੰਦ ਹੈ। ਜਿਹੜੇ ਰੰਗੇ ਜਾਣ ਉਹਨਾਂ ਨੂੰ ਗਰੀਬੀ ਗਰੀਬੀ ਲੱਗਦੀ ਨਹੀਂ, ਉਹ ਗਰੀਬੀ ਵਿੱਚ ਵੀ ਖੁਸ਼ ਨੇ, ਕਹਿੰਦੇ ਮਹਾਰਾਜ ਹੋਵੇ ਭਾਵੇਂ ਗਰੀਬੀ ਪਰ ਤੂੰ ਬਖਸ਼ਿਸ਼ ਰੱਖੀ ਆਪਣੀ। ਹੁਣ ਜਰਾ ਧਿਆਨ ਦੇਣਾ, ਇੱਕੋ ਇੱਕ ਪੁੱਤਰ ਚਲਿਆ ਗਿਆ, ਅੱਖਾਂ ਚੋਂ ਪਾਣੀ ਨਹੀਂ ਆਇਆ, ਉਵੇਂ ਜਿਵੇਂ ਖੁਸ਼ੀ ਦੇ ਐਂ ਨਜ਼ਰ ਆਉਂਦਾ ਵੀ ਬੜੀ ਖੁਸ਼ੀ ਹੈ, ਪਤਾ ਨਾ ਲੱਗੇ। ਮਹਾਰਾਜ ਦੇ ਸਾਹਮਣੇ ਲਿਆ ਕੇ ਥਾਲ ਰੱਖਤਾ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਗੁਰੂ ਸਿੱਖਾ ਪ੍ਰਸ਼ਾਦਾ ਬਾਅਦ 'ਚ ਛਕਾਂਗੇ, ਮਹਾਰਾਜ ਪਹਿਲਾਂ ਕੀ ਕਰਨਾ ਹੈ, ਤੇਰਾ ਮੁੰਡਾ ਲਿਆ ਉਹਦੇ ਨਾਲ ਖੇਡਣਾ ਆ, ਕੋ ਸਾਥ ਨਾ, ਤੇਰੇ ਮੁੰਡੇ ਨਾਲ ਖੇਡਾਂਗੇ ਪਹਿਲਾਂ। ਲੈ ਅੱਜ ਤੱਕ ਕਦੇ ਬੱਚੇ ਨਾਲ ਨਹੀਂ ਖੇਡੇ, ਦੋ ਵਾਰੀ ਆਏ ਸੀ ਸਿਰ 'ਤੇ ਹੱਥ ਰੱਖਿਆ ਬਸ, ਅੱਜ ਕਹਿੰਦੇ ਸਾਡਾ ਜੀ ਕਰਦਾ ਸਾਡੀ ਗੋਦ 'ਚ ਬਿਠਾਓ ਉਹਨੂੰ, ਅਸੀਂ ਉਹਦੇ ਨਾਲ ਖੇਡਣਾ ਪਹਿਲਾਂ ਫਿਰ ਪ੍ਰਸ਼ਾਦਾ ਛਕਾਂਗੇ। ਇਹ ਪੜਦੇ ਜੇ ਲੱਗ ਪਿਆ ਪਾਉਣ, ਮਹਾਰਾਜ ਗਵਾਂਢਣਾ ਲੈ ਗਈਆਂ ਹੋਣਗੀਆਂ ਚੁੱਕ ਕੇ, ਬੱਚਾ ਪਿਆਰਾ ਹੈ ਤੁਸੀਂ ਛਕ ਲਓ ਪ੍ਰਸ਼ਾਦਾ ਬਾਅਦ 'ਚ ਲੈ ਆਉਂਦੇ ਹਾਂ। ਮਹਾਰਾਜ ਕਹਿੰਦੇ ਨਾ 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 ਅਸੀਂ ਨਹੀਂ ਛਕਦੇ, ਪਹਿਲਾਂ ਬੱਚਾ ਲਿਆ ਪ੍ਰਸ਼ਾਦਾ ਬਾਅਦ 'ਚ ਛਕਾਂਗਾ। ਮਹਾਰਾਜ ਛਕ ਲਓ ਜੀ ਛਕ ਲਓ, ਮਹਾਰਾਜ ਨਹੀਂ ਮੰਨਦੇ, ਕਹਿੰਦੇ ਨਾ ਬਈ ਪ੍ਰਸ਼ਾਦਾ ਤਾਂ ਛਕਾਂਗੇ ਜੇ ਬੱਚੇ ਨੂੰ ਲੈ ਕੇ ਆਏਗਾ। ਘਰ ਵਾਲੀ ਆ ਗਈ ਕਹਿੰਦੀ ਗੱਲਾਂ ਪਤਾ ਨਹੀਂ ਕੀ ਕਰਦਾ ਮਹਾਰਾਜ ਨਾਲ, ਕੀ ਹੋ ਗਿਆ, ਲਿਆਓ ਬੱਚੇ ਨੂੰ ਜਾਂ ਭੱਜ ਕੇ ਆਵਾਜ਼ ਮਾਰ ਬੱਚੇ ਨੂੰ ਲੈ ਕੇ ਆ, ਬੁਲਾਓ ਪੜਦੇ 'ਚ ਤੇ ਪਾਉਂਦਾ ਰਿਹਾ। ਪਰ ਕਿੰਨਾ ਕੁ ਚਿਰ ਮਹਾਰਾਜ ਕਹਿੰਦੇ ਛਕਣਾ ਹੀ ਨਹੀਂ, ਦੱਸਣਾ ਪਿਆ ਫਿਰ ਹੁਣ ਦੱਸਦਾ। ਕਾਲ ਨੇ ਗੁਲੇਲਾ ਮਾਰਿਆ, ਅਜੇ ਉਮਰ ਨਿਆਣੀ ਸੀ ਮੇਰੇ ਲਾਲ ਦੀ, ਅਜੇ ਬੱਚਾ ਸੀ ਮਹਾਰਾਜ, ਪਰ ਉਹਦੇ ਕਾਲ ਨੇ ਗੁਲੇਲਾ ਮਾਰਿਆ। ਬੁਲਾਇਆ ਬੋਲਦਾ,
ਤੱਕ ਨਹੀਂ ਜਾਏਗੀ, ਕਿਰਪਾ ਕਰੋ। ਸਾਡਾ ਬੁਲਾਇਆ ਨਹੀਂ ਬੋਲਦਾ, ਆਪੇ ਬੁਲਾਓ, ਲਿਆਓ ਤੇ ਸਹੀ, ਲਿਆ ਕੇ ਸਾਹਮਣੇ ਰੱਖਤਾ ਮਹਾਰਾਜ ਆ ਪਿਆ। ਧੰਨ ਹੈ ਨਾ ਸਿੱਖੀ, ਗੱਲਾਂ ਨਾਲ ਹੀ ਧੰਨ ਨਹੀਂ ਬਣਦੀ। ਐਡਾ ਔਖਾ ਕੰਮ ਕਰਨ ਨੂੰ ਤੇ ਕਿਹਾ ਹੀ ਨਹੀਂ ਮਹਾਰਾਜ ਨੇ, ਪੁੱਤਰ ਚਲਿਆ ਗਿਆ। ਮਹਾਰਾਜ ਕਹਿੰਦੇ ਦੱਸ ਕੀ ਚਾਹੀਦਾ, ਕਹਿੰਦਾ ਮਹਾਰਾਜ ਸਿੱਖੀ ਦੇ ਦਿਓ, ਬਸ ਤੁਹਾਡੀ ਖੁਸ਼ੀ ਚਾਹੀਦੀ ਹੈ, ਪੁੱਤਰ ਚਲਿਆ ਗਿਆ। ਇੱਥੇ ਕੋਈ ਗੱਲ ਸਤਿ ਸ੍ਰੀ ਅਕਾਲ ਨਾ ਗੁਰਮੁਖੋ, ਇਹ ਤੇ ਨਹੀਂ ਕਿਹਾ ਵੀ ਮੇਰਾ ਮੁੰਡਾ ਜਿਉਂਦਾ ਕਰ ਦੋ, ਨਾ ਨਾ, ਸਿੱਖੀ ਚਾਹੀਦੀ ਹੈ ਮਹਾਰਾਜ, ਕੋਈ ਗੱਲ ਨਹੀਂ, ਉਹਦਾ ਹੁਕਮ ਹੈ, ਉਹਦੀ ਵਸਤੂ ਸੀ, ਲੈ ਗਿਆ ਲੈ ਗਿਆ। ਮਹਾਰਾਜ ਨੇ ਵੇਖਿਆ ਪੁੱਤਰ ਦੇ ਕੇ ਸਿੱਖੀ ਮਿਲ ਜਾਏ। ਇੱਥੇ ਕਈ ਵਾਰੀ ਕਹਿਣਗੇ ਕਕਾਰ ਵੀ ਫ੍ਰੀ ਮਿਲਦੇ ਨੇ, ਆ ਜਾਓ, ਫਿਰ ਵੀ ਤਿਆਰ ਨੇ। ਸਿੱਖੀ ਤੇ ਉਹੀ ਹੈ, ਉਦੋਂ ਚਰਨਾ ਅੰਮ੍ਰਿਤ ਦੇ ਕੇ ਮਹਾਰਾਜ ਨੇ ਸਿੱਖ ਬਣਾਇਆ ਉਹਨਾਂ ਦੋਵਾਂ ਪਤੀ ਪਤਨੀ ਨੂੰ, ਇੱਥੇ ਖੰਡੇ ਬਾਟੇ ਦਾ ਅੰਮ੍ਰਿਤ। ਸਿੱਖੀ ਤੇ ਉਹੀ ਹੈ, ਪੁੱਤਰ ਜਿਉਂਦਾ ਹੋਵੇ ਤੇ ਭਾਵੇਂ ਨਾ ਹੋਵੇ, ਪੁੱਤਰ ਜਿਉਂਦਾ ਹੋਵੇ ਭਾਵੇਂ ਨਾ ਹੋਵੇ, ਮਹਾਰਾਜ ਸਿੱਖੀ ਦੀ ਦਾਤ ਦੇ ਦੇ। ਹੁਣ ਕੀ ਹਾਲ ਹੈ ਸਾਡਾ, ਮਨਾਂ 'ਚ ਮਾਰ ਕੇ ਵੇਖੋ, ਚੱਲ ਅਸੀਂ ਵੀ ਤਾਂ ਸਿੱਖ ਹੀ ਕਹਾਉਂਦੇ ਹਾਂ, ਨਾ ਮਗਰ ਤੇ ਸਿੰਘ ਹੀ ਲੱਗਿਆ, ਕਿੱਡੀ ਵੱਡੀ ਕਸਵੱਟੀ ਲਾ ਕੇ, ਪਰਖ ਕਰਕੇ, ਇਮਤਿਹਾਨ ਪਰਚਾ ਪਾ ਕੇ ਫਿਰ ਸਿੱਖੀ ਦੀ ਦਾਤ ਮਿਲੀ। ਆਪਾਂ ਨੂੰ ਅੰਮ੍ਰਿਤ ਸੰਚਾਰ ਹੋ ਰਹੇ ਨੇ, ਜੀ ਨਹੀਂ ਕਰਦਾ ਅੰਮ੍ਰਿਤ ਛਕਣ, ਕਾਰਨ ਪਤਾ ਕੀ ਹੈ, ਇਹ ਮਨ ਮੂਰਖ ਹੈ, ਸਮਝਦਾ ਨਹੀਂ। ਬੜਾ ਸਮਝਾਇਆ, ਬੜਾ ਮਹਾਰਾਜ ਨੇ ਸਮਝਾਇਆ, ਨਹੀਂ ਸਮਝਿਆ। ਹਾਂ ਬਈ, ਸਿੱਖੀ ਦੀ ਦਾਤ ਦੇ ਦਿਓ, ਮਹਾਰਾਜ ਨੇ ਸਿੱਖੀ ਤੇ ਦਿੱਤੀ, ਮੰਗਾ ਕੇ ਜਲ ਮਾਰ ਕੇ ਚਿੱਟਾ ਉੱਤੇ ਪਿਆ ਕੱਪੜਾ, ਕੱਪੜਾ ਹਿੱਲਣ ਲੱਗ ਗਿਆ, ਵੇਖਿਆ ਬੱਚੇ ਨੂੰ ਸੁਰਤ ਆ ਗਈ, ਠਾ ਕੇ ਪਾਇਆ, ਉਹ ਜਲੇ ਦਾ ਕਿਤੇ ਨਾਮੋ ਨਿਸ਼ਾਨ ਵੀ ਨਹੀਂ। ਸਤਿ ਸ੍ਰੀ ਅਕਾਲ, ਪਤਾ ਹੀ ਨਹੀਂ ਲੱਗਿਆ ਵੀ ਅੱਗ ਵੀ ਲੱਗੀ ਸੀ ਕਿਤੇ, ਬਿਲਕੁਲ ਐਂ ਠੀਕ ਠਾਕ ਮਹਾਰਾਜ ਨੇ ਕਿਰਪਾ ਕਰਤੀ। ਮਾਰਨਾ ਨਹੀਂ ਸੀ, ਤਾਰਨਾ ਸੀ, ਪਰਖ ਕਰਨੀ ਸੀ ਮਹਾਰਾਜ ਨੇ, ਬੱਚੇ ਮਾਰਨੇ ਕਿਤੇ, ਇਮਤਿਹਾਨ ਹੁੰਦੇ ਨੇ, ਪਰਚੇ ਮਹਾਰਾਜ ਬੜੇ ਪਾਉਂਦੇ ਨੇ, ਸਾਡੇ ਤੇ ਵੀ ਬੜੇ ਕਰੜੇ ਕਰੜੇ ਪਰਚੇ ਪੈਂਦੇ ਨੇ। ਚੰਗਾ ਗੁਰਦੁਆਰੇ ਜਾਂਦਾ, ਰੋਜ਼ ਦੀਵਾਨਾਂ ਤੇ ਜਾਂਦਾ, ਆ ਗਿਆ ਸਮਾਂ, ਖੇਡ ਐਸੀ ਵਰਤ ਗਈ, ਗਰੀਬੀ ਆ ਗਈ, ਫਿਰ ਕਹਿੰਦਾ ਕੀ ਫਾਇਦਾ, ਮੈਂ ਕਿਰਪਾਨ ਵੀ ਪਾਈ, ਅੰਮ੍ਰਿਤ ਵੀ ਛਕਿਆ, ਆ ਕੀ ਬਣ ਗਿਆ। ਨਾ ਰੱਬ ਕਰੇ ਪੁੱਤਰ ਚਲਿਆ ਜਾਵੇ, ਜਵਾਨ ਮੌਤ ਹੋ ਜਾਵੇ, ਫਿਰ ਕਹਿੰਦਾ ਲੈ ਮੈਂ ਹੁਣ ਗੁਰਦੁਆਰੇ ਕੀ ਕਰਨ ਜਾਣਾ। ਇਹ ਪਰਖ ਸੀ, ਜੇ ਪਰਖ 'ਚ ਹੀ ਡੋਲ ਗਿਆ ਫਿਰ ਸਿੱਖੀ ਕਾਹਦਾ ਹੈ, ਪਰਚਾ ਪਿਆ ਤੇ ਫਿਰ ਡੋਲ ਗਿਆ, ਨਹੀਂ ਨਹੀਂ ਡੋਲਣਾ ਨਹੀਂ, ਮਨ ਕਾਇਮ ਰੱਖਣਾ ਆਪਣਾ, ਅਰਦਾਸ ਕਰੋ। ਨਾਲੇ ਇਹ ਬੰਦੇ 'ਚ ਕੀ ਤਾਕਤ ਹੈ ਵੀ ਕਰੜੇ ਰਹਿ ਜਾਈਏ, ਆਪਣੇ 'ਚ ਕੀ ਪਾਵਰ ਹੈ, ਇਹ ਤੇ ਸਤਿਗੁਰ ਦੀ ਕਿਰਪਾ ਹੋਵੇ ਗੱਲ ਫਿਰ ਬਣਦੀ। ਇਹ ਅਰਦਾਸ ਕਰਨੀ ਮਹਾਰਾਜ, ਅਸੀਂ ਤੇ ਸਦਾ ਹੀ ਭੁੱਲਣਹਾਰ ਹਾਂ, ਕਿਰਪਾ ਹੀ ਰੱਖਿਓ, ਅੱਬਲ ਤੇ ਪਰਚਾ ਪਾਇਓ ਹੀ ਨਾ, ਜੇ ਪਾਤਾ ਤੇ ਬਚਾ ਵੀ ਆਪੇ ਹੀ ਲਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖੀ ਸਿਦਕ, ਜੇ ਸਿੱਖੀ ਦਿੱਤੀ ਹੈ ਤੇ ਸਿਦਕ ਵੀ ਨਾਲ ਦੇ ਦੇਣਾ, ਮੇਰਾ ਸਿਦਕ ਰਵੇ, ਮੈਂ ਡੋਲਾਂ ਨਾ ਕਦੇ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗੁਰਸਿੱਖ ਦੀ ਤੇ ਇਹੀ ਅਰਦਾਸ ਹੈ ਅੱਠੋ ਪਹਿਰ ਦੀ, ਮਹਾਰਾਜ ਨੇ ਕਿਰਪਾ ਕੀਤੀ, ਬੱਚਾ ਵੀ ਜਿਉਂਦਾ ਤੇ ਸਿੱਖੀ ਵੀ ਦੇ ਦਿੱਤੀ। ਬੱਚਿਆਂ ਨਾਲ ਨਾਮ ਨਹੀਂ ਰਹਿਣਾ, ਨਾਮ ਕਰਮਾਂ ਕਰਕੇ ਰਹਿਣਾ, ਕਰਮ ਚੰਗੇ ਨੇ ਤੇ ਸਾਰੀ ਦੁਨੀਆਂ ਵਿੱਚ ਸਤਿਕਾਰ ਰਹੇ। ਹੁਣ
ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਸ਼ਾਮ 6 ਵਜੇ। ਮੇਰੇ ਖਿਆਲ ਵਿੱਚ ਅਜੇ ਨਾਮ ਕਿੰਨੇ ਕੁ ਆਏ ਆ, 35-40 ਕੁ ਨਾਮ ਆਏ ਆ ਅੰਮ੍ਰਿਤ ਸਿੰਘ ਨੂੰ। ਚਲੋ ਇੰਨੇ ਵੀ ਬਹੁਤ ਨੇ, 35-40 ਸੁਮਾਰੇ। ਕਿਰਪਾ ਕਰਨ ਭਾਈ, ਵੱਧ ਤੋਂ ਵੱਧ ਨਾਮ ਲਿਖਾਓ, ਇਕੱਠ ਬਹੁਤ ਹੈ। ਅਤੇ ਇਹ ਤਾਂ ਨਹੀਂ ਹੈ ਵੀ ਸਾਰੇ ਛਕੀ ਫਿਰਦੇ ਨੇ, ਇੱਥੇ 60-70% ਐਸੇ ਨੇ ਜਿਨ੍ਹਾਂ ਨੇ ਅਜੇ ਨਹੀਂ ਛਕਿਆ, ਵਿਚਾਰਾਂ ਹੀ ਬਣਾਉਂਦੇ ਨੇ। ਕੋਈ ਨਹੀਂ, ਛਕ ਲਾਂਗੇ, ਗੱਲਾਂ ਤਾਂ ਠੀਕ ਨੇ, ਛਕ ਲਾਂਗੇ, ਚਲੋ ਹੁਣ ਹੌਲੀ ਹੌਲੀ ਬਣਾਵਾਂਗੇ ਮਨ। ਮੁੰਡੇ ਦਾ ਵਿਆਹ ਕਰ ਲਈਏ ਫਿਰ ਛਕਣ ਅੰਮ੍ਰਿਤ ਛਕਾਂਗੇ, ਕੀ ਪਤਾ ਤੂੰ ਮੁੰਡਾ ਵਿਆਹੁਣਾ ਕਿ ਪਹਿਲਾਂ ਹੀ ਚਲੇ ਜਾਣਾ, ਕੀ ਪਤਾ ਲੱਗਦਾ ਤੂੰ ਪਹਿਲਾਂ ਹੀ ਚਲੇ ਜਾਈਏ, ਭਰੋਸਾ ਕੋਈ, ਕਾਹਦੇ ਵਾਸਤੇ ਢਿੱਲ ਕਰਨੀ ਹੈ। ਨਹੀਂ ਨਹੀਂ ਅੰਮ੍ਰਿਤ ਛਕੋ ਸਿੰਘ ਸਜੋ ਭਾਈ, ਭੈਣਾਂ ਨੂੰ ਵੀ ਬੇਨਤੀ ਹੈ ਅਤੇ ਵੀਰਾਂ ਨੂੰ ਵੀ, ਕੱਲ੍ਹ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਘਰ 'ਚ ਗੰਗਾ ਆਈ ਹੈ ਅਤੇ ਹੁਣ ਲਾਹਾ ਲਓ ਮਹਾਰਾਜ। ਫਿਰ ਲੋਕ ਪਰਲੋਕ, ਜਿਵੇਂ ਕੱਲ੍ਹ ਸੁਣਿਆ ਸੀ, ਕਲਗੀ ਵਾਲੇ ਦਾਤਾ ਛੇਤੀ ਬਖਸ਼ੋ ਦੀਦਾ, ਮਹਾਰਾਜ ਆਏ ਨਾ ਕਿੱਥੇ, ਉਹ ਆਨੰਦਪੁਰ ਤੋਂ ਚੱਲ ਕੇ ਸਿੱਖ ਗੁਰਸਿੱਖ ਬੀਬੀ ਉਹ ਰੱਖਿਆ ਕਰਨ ਵਾਸਤੇ ਮਹਾਰਾਜ ਆਏ, ਅਤੇ ਮਹਾਰਾਜ ਲੋਕ ਵਿੱਚ ਵੀ ਸਹਾਈ ਨੇ, ਪਰਲੋਕ ਵਿੱਚ ਵੀ ਸਹਾਈ ਨੇ। ਸੋ ਮਨ ਬਣਾਓ ਅਤੇ ਵੱਧ ਤੋਂ ਵੱਧ ਸੰਗਤਾਂ ਨਾਮ ਲਿਖਾ ਕੇ ਜਹਾਜ਼ੇ ਚੜ੍ਹ ਜਾਓ। ਕੱਲ੍ਹ ਨੂੰ ਫਿਰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਮੁੜ ਕੇ ਇਲਾਕੇ ਵਿੱਚ ਫਿਰ ਛੇਤੀ ਛੇਤੀ ਦੀਵਾਨੀ ਹੋ ਸਕਦਾ, ਇੱਕ ਅੱਧੇ ਪਿੰਡ 'ਚ 6 ਮਹੀਨਿਆਂ ਦੇ ਵਿੱਚ ਕਿਤੇ ਆ ਜਾਣ ਦੀਵਾਨ, ਮੈਨੂੰ ਵੈਸੇ ਪਤਾ ਨਹੀਂ, ਹੋ ਸਕਦਾ ਕਿਤੇ ਹੋਣ ਪਰ ਪੱਕਾ ਨਹੀਂ। ਅਤੇ ਸਾਲ ਬਾਅਦ ਇੱਕ ਇਲਾਕੇ ਵਿੱਚ ਇੱਕ ਵਾਰੀ ਮੈਂ ਜਾ ਸਕਦਾ, ਇਹਦੂ ਵੱਧ ਸਮਾਂ ਨਹੀਂ ਮਿਲਦਾ। ਬਾਕੀ ਤੁਸੀਂ ਆਪ ਉੱਦਮ ਕਰੋ, ਪਿੰਡਾਂ ਦੇ ਵਿੱਚ ਹਫ਼ਤੇ ਦਾ ਇੱਕ ਦਿਨ ਰੱਖੋ ਵੀ ਜਿਹਦੇ ਨਾਲ ਸੰਗਤ ਕਰੋ, ਜਿਹਨਾਂ ਨੇ ਅੰਮ੍ਰਿਤ ਛਕਿਆ ਉਹ ਪੱਕੇ ਰਹਿਣ, ਟੁੱਟੇ ਨਾ ਕੋਈ ਵੀ, ਅਤੇ ਪ੍ਰਚਾਰ ਆਪ ਕਰੋ। ਘਰਾਂ ਵਿੱਚ ਸੀਡੀਆਂ ਆ ਕੇਬਲਾਂ ਚੱਲਦੀਆਂ ਨੇ, ਇਹਨਾਂ ਰਾਹੀਂ ਵੀ ਬਹੁਤ ਪ੍ਰਚਾਰ ਹੁੰਦਾ, ਮਨ ਜੁੜਿਆ ਰਹਿੰਦਾ ਰੋਜ਼ ਦੀ ਰੋਜ਼। ਜਦੋਂ ਕੋਈ ਸਤਸੰਗ ਜੀ ਜਿਵੇਂ ਬੱਚਾ ਯਾਦ ਕਰਦਾ ਨਾ ਰੋਜ਼ ਮਾਸਟਰ ਦਾ ਪੜ੍ਹਾਇਆ ਸਬਕ, ਫਿਰ ਉਹ ਪਾਸ ਵੀ ਹੋ ਜਾਂਦਾ। ਜਦੋਂ ਭੁੱਲ ਜਾਂਦੇ ਹਾਂ, ਕਿਉਂਕਿ ਤਾਸ਼ ਵਾਲਿਆਂ ਦੀ ਜਾਂ ਕੁਸੰਗੀਆਂ ਦੀ ਸੰਗਤ 'ਤੇ ਪੈਰ ਪੈਰ 'ਤੇ ਮਿਲੇਗੀ। ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਮਾਰੀ ਮਰੂੰ ਕੁਸੰਗ ਕੀ, ਕੁਸੰਗ ਕੀ ਕੇਲੇ ਨਿਕਟ ਜਿਉ ਵੇਰ, ਉਹ ਝੀਲਾ ਉਹ ਝੂਲਾ ਉਹ ਚੀਰੀ ਹੈ ਸਖਤ ਸੰਗ ਨਾ ਹੇਰ। ਕਹਿੰਦੇ ਜਿਹੜੀ ਮਾੜੇ ਬੰਦੇ ਦੀ ਸੰਗਤ ਹੈ ਉਹ ਪਤਾ ਕਿਹੋ ਜਿਹੀ ਹੈ, ਜਦੋਂ ਆਪਾਂ ਘਰੋਂ ਤੁਰਦੇ ਹਾਂ ਦੀਵਾਨ 'ਤੇ ਸਾਲ 'ਚ ਇੱਕ ਵਾਰੀ ਸੁਣਨੇ ਨੇ, ਪਰ ਘਰੋਂ ਤੁਰੋਗੇ ਬਾਹਰ ਵੇਖਿਆ 5 ਜਣੇ ਖੁੰਡ 'ਤੇ ਬੈਠੇ ਨੇ, ਮਾੜੀ ਸੰਗਤ ਹੈ, ਕਦੀ ਉੱਧਰ ਦੀ ਗੱਲ ਕਦੀ ਉੱਧਰ ਦੀ ਗੱਲ ਕਦੀ ਉੱਧਰ ਦੀ ਗੱਲ, ਇਹ ਕੁਸੰਗਤ ਹੈ ਅਤੇ ਹੈ ਪਤਾ ਕਿਹੋ ਜਿਹੀ ਹੈ। ਅੰਮ੍ਰਿਤਧਾਰੀ ਜੇ ਕੁਸੰਗਤ ਕਰੇਗਾ ਉਹਦਾ ਬਣੇਗਾ ਕੀ, ਕਬੀਰ।